ਸਤਿ ਸ੍ਰੀ ਅਕਾਲ, ਮੈਂ ਗੁਰਮਿੰਦਰ ਸਿੰਘ ਸਮਤ, ਤੁਸੀਂ ਵੇਖ ਰਹੇ ਹੋ ਪੰਜਾਬ ਨਾਲ। ਭ੍ਰਿਸ਼ਟਾਚਾਰ ਦੀ ਗਲਤਾਨ ਦੇ ਵਿੱਚ ਸਾਡਾ ਮੁਲਕ ਇਸ ਵੇਲੇ ਇਸ ਪੱਧਰ ਦੇ ਉੱਪਰ ਗਰਕ ਚੁੱਕਿਆ ਕਿ ਕਦੇ ਕਦੇ ਤਾਂ ਸ਼ਰਮ ਆਉਂਦੀ ਹੈ ਕਿ ਮਾਲਕ ਨੇ ਸਾਨੂੰ ਕੀ ਸਜ਼ਾ ਦੇਣ ਲਈ ਇਸ ਮੁਲਕ ਵਿੱਚ ਪੈਦਾ ਕੀਤਾ। ਪਰ ਫਿਰ ਜਦੋਂ ਸਾਨੂੰ ਆਜ਼ਾਦੀ ਘੁਲਾਟੀਆਂ ਦੀਆਂ ਕਹਾਣੀਆਂ ਪੜ੍ਹਾਈਆਂ ਜਾਂਦੀਆਂ ਨੇ, ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਾਇਆ ਜਾਂਦਾ, ਫਿਰ ਆਉਂਦਾ ਕਿ ਨਹੀਂ, ਇਸ ਮੁਲਕ ਦੇ ਵਿੱਚ ਜਨਮ ਲੈਣਾ ਹਰੇਕ ਦੇ ਵੱਸ ਦੀ ਗੱਲ ਨਹੀਂ। ਵਡਭਾਗੇ ਹੀ ਇੱਥੇ ਜਨਮ ਲੈਂਦੇ ਨੇ, ਪਰ ਜੋ ਘਾਲਣਾ ਘਾਲਣੀ ਪੈਂਦੀ ਹੈ ਸੱਚਾਈ ਲਈ, ਉਹ ਵੀ ਹਰੇਕ ਦੇ ਹਿੱਸੇ ਨਹੀਂ ਆਉਂਦਾ। ਮੁਲਕ ਦੇ ਉੱਪਰ ਸਦਾ ਹੀ ਪੀੜਾਂ ਰਹੀਆਂ ਨੇ। ਸਿੱਖ ਇਤਿਹਾਸ ਮਨੁੱਖੀ ਹੱਕਾਂ ਦੀ ਲੜਾਈ ਦੇ ਵਿੱਚੋਂ ਹੀ ਪੈਦਾ ਹੋਇਆ ਤੇ ਉਸੇ ਲੜਾਈਆਂ ਨੂੰ ਲੜਦਾ ਲੜਦਾ ਜਵਾਨ ਹੋਇਆ, ਅੱਜ ਵੀ ਉਹੀ ਉਸੇ ਤਰੀਕੇ ਨਾਲ ਬੁਲੰਦ ਹੈ। 1857 ਤੋਂ ਬਾਅਦ ਪੂਰੇ ਹਿੰਦੁਸਤਾਨ ਦੀ ਗੱਲ, ਹਿੰਦੁਸਤਾਨ ਦੀ ਲੜਾਈ ਸ਼ੁਰੂ ਹੁੰਦੀ ਆ, ਜਿਸ ਹਿੰਦੁਸਤਾਨ ਨੂੰ ਗੁਰੂ ਸਾਹਿਬ ਨੇ ਆਪਣੀ ਨਾਨਕ ਬਾਬਰ ਬਾਣੀ ਦੇ ਵਿੱਚ ਲਿਖਿਆ ਸੀ, ਹਿੰਦੁਸਤਾਨ ਡਰਾਇਆ ਕਹਿ ਕੇ ਉਹਨਾਂ ਨੇ ਇੱਕ ਪੂਰਾ ਪੂਰਾ ਮੁਲਕ ਸਿਰਜਿਆ ਸੀ। ਗੁਰੂ ਸਾਹਿਬ ਦੇ ਬੋਲ ਸੀਗੇ ਇਹ, ਅੱਜ ਤੋਂ 550 ਸਾਲ ਪਹਿਲਾਂ, ਜੋ ਪੂਰੇ ਹੁੰਦੇ ਨੇ ਪੂਰੇ ਦਾ ਪੂਰਾ ਮੁਲਕ ਬਣਦਾ, ਨਹੀਂ ਤਾਂ ਪੂਰਾ ਰਿਆਸਤਾਂ ਵਿੱਚ ਵੰਡਿਆ ਸੀ। ਪਰ ਉਸ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਆਪਣੇ ਪਰਿਵਾਰ ਕੁਰਬਾਨ ਕੀਤੇ, ਆਪਣੀਆਂ ਜਾਇਦਾਦਾਂ ਕੁਰਬਾਨ ਕੀਤੀਆਂ, ਆਪਣੇ ਸੁਪਨੇ ਕੁਰਬਾਨ ਕੀਤੇ, ਆਪਣੇ ਹਰ ਉਹ ਫੈਸਲੇ ਕੁਰਬਾਨ ਕੀਤੇ ਜੋ ਉਹਨਾਂ ਨੂੰ ਇੱਕ ਸੁਖਮਈ ਜੀਵਨ ਜਿਉਣ ਲਈ ਪੂਰੇ ਦਾ ਪੂਰਾ ਰਾਹ ਦੇ ਰਹੇ ਸਨ। ਤੁਸੀਂ ਚਾਹੇ ਸ਼ਹੀਦ ਭਗਤ ਸਿੰਘ ਦਾ ਨਾਂ ਲੈ ਲਓ, ਸੁਭਾਸ਼ ਚੰਦਰ ਬੋਸ ਦਾ ਨਾਂ ਲੈ ਲਓ, ਅਸ਼ਫਾਕ ਉੱਲਾ ਖਾਨ ਦਾ ਨਾਂ ਲੈ ਲਓ, ਊਧਮ ਸਿੰਘ ਦਾ ਨਾਮ ਲੈ ਲਓ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂ ਲੈ ਲਓ, ਬਾਬਾ ਸੋਹਣ ਸਿੰਘ ਭਕਨਾ ਦਾ ਨਾਮ ਲੈ ਲਓ, ਜਾਂ ਬਾਪੂ ਭਗਵਾਨ ਸਿੰਘ ਲੌਂਗੋਵਾਲ ਦਾ ਨਾਮ ਲੈ ਲਓ, ਜਿਨ੍ਹਾਂ ਨੇ ਅਣਥੱਕ ਸ਼ਹਾਦਤਾਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਉਸ ਪੱਧਰ ਤੇ ਪਹੁੰਚਾਇਆ ਕਿ 15 ਅਗਸਤ 1947 ਨੂੰ ਇਸ ਮੁਲਕ ਦੀ ਧਰਤੀ ਦੇ ਉੱਪਰ ਤਿਰੰਗਾ ਬੇਖੌਫ ਆਜ਼ਾਦ ਲਹਿਰਾਉਣ ਲੱਗਿਆ ਤੇ ਅੱਜ ਤੱਕ ਲਹਿਰਾ ਰਿਹਾ। ਉਸ ਤਿਰੰਗੇ ਦੇ ਵਿੱਚ ਜੋ ਕੇਸਰੀ ਰੰਗ ਹੈ, ਉਹ ਕੇਸਰੀ ਰੰਗ ਇਹਨਾਂ ਦੇ ਖੂਨ ਦੇ ਵਿੱਚੋਂ ਨਿਕਲਿਆ ਹੋਇਆ ਰੰਗ ਆ, ਇਹਨਾਂ ਦੇ ਜਜ਼ਬੇ ਦੇ ਵਿੱਚੋਂ ਨਿਕਲਿਆ ਹੋਇਆ ਰੰਗ ਆ, ਉਹ ਫਰੀਡਮ ਫਾਈਟਰਸ ਦੀਆਂ ਕੁਰਬਾਨੀਆਂ ਦਾ ਰੰਗ ਹੈ, ਜਿਸ ਨੂੰ ਅਸੀਂ ਅੱਜ ਮਾਣ ਰਹੇ ਹਾਂ ਔਰ ਜਿਸ ਦੀ ਰੱਖਿਆ ਲਈ ਅੱਜ ਵੀ ਭਾਰਤੀ ਫੌਜ ਰੋਜ਼ ਆਪਣੀਆਂ ਕੁਰਬਾਨੀਆਂ ਦੇ ਰਹੀ ਹੈ। ਭਾਰਤ ਸਰਕਾਰ ਉਹ ਭਾਰਤੀ ਫੌਜੀਆਂ ਦੀਆਂ ਕੁਰਬਾਨੀਆਂ ਦੇ ਸਨਮਾਨ ਦੇ ਵਿੱਚ ਉਹਨਾਂ ਨੂੰ ਨਿਵਾਜ਼ਦੀ ਹੈ, ਪੈਸੇ ਦੇ ਕੇ, ਮੁਰੱਬੇ ਦੇ ਕੇ, ਪੈਨਸ਼ਨਾਂ ਦੇ ਕੇ, ਵੱਡੀਆਂ ਨੌਕਰੀਆਂ ਉਹਨਾਂ ਦੇ ਵਾਰਸਾਂ ਨੂੰ ਦੇ ਕੇ। ਪੁਲਿਸ ਦੇ ਲੋਕ ਉਹ ਵੀ ਜਦੋਂ ਕੁਰਬਾਨੀਆਂ ਦਿੰਦੇ ਨੇ, ਉਹਨਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਸਹੂਲਤਾਂ ਸਰਕਾਰਾਂ ਦਿੰਦੀਆਂ ਨੇ, ਪਰ ਅਸੀਂ ਆਪਣੇ ਉਹ ਨਿਓ ਦੀਆਂ ਇੱਟਾਂ ਨੂੰ ਕਿਉਂ ਵਿਸਾਰ ਬੈਠੇ ਜਿਨ੍ਹਾਂ ਦੀਆਂ ਮੋਢਿਆਂ ਦੇ ਉੱਪਰ ਇਹ ਪੂਰੀ ਭਾਰਤ ਦੀ ਆਜ਼ਾਦੀ ਦਾ ਮਹਿਲ ਖੜਾ ਹੈ। ਅੱਜ ਕਰਤਾਰ ਸਿੰਘ ਸਰਾਭਾ ਹੋਵੇ, ਊਧਮ ਸਿੰਘ ਸੁਨਾਮ ਹੋਵੇ, ਜਾਂ ਭਗਵਾਨ ਸਿੰਘ ਲੌਂਗੋਵਾਲ ਹੋਵੇ, ਇਹ ਫਰੀਡਮ ਫਾਈਟਰ ਜਿਨ੍ਹਾਂ ਦੀ ਕੁਰਬਾਨੀਆਂ ਸਦਕਾ ਅਸੀਂ ਅੱਜ ਲੋਕਤੰਤਰ ਦੀ ਗੱਲ ਕਰ ਸਕਦੇ ਹਾਂ, ਅੱਜ ਭਾਰਤੀ ਸੰਵਿਧਾਨ ਦੀ ਗੱਲ ਕਰ ਸਕਦੇ ਹਾਂ। ਲੰਘੇ ਦਿਨੀ ਇਹ ਬਾਬਾ ਅੰਬੇਦਕਰ ਸਾਹਿਬ ਦੀ ਬਰਸੀ ਗਈ ਆ, ਉਹਨਾਂ ਦੇ ਕੋਨਸਟੀਟਿਊਸ਼ਨ ਦੀ ਗੱਲ ਕਰ ਸਕਦੇ ਹਾਂ। ਉਹ ਤਾਂ ਹੈ, ਉਹਨਾਂ ਦੇ ਬਸ਼ਿੰਦਿਆਂ ਨੂੰ, ਦਲਿਤਾਂ ਨੂੰ ਵੀ ਅਸੀਂ ਰਾਖਵਾਂ ਕਰਨ ਦਿੱਤਾ, ਔਰਤਾਂ ਨੂੰ ਵੀ ਰਾਖਵਾਂ ਕਰਨ ਦਿੱਤਾ, ਪਰ ਅਸੀਂ ਜੇਕਰ ਵਿਸਾਰਿਆ ਹੈ ਤਾਂ ਫਰੀਡਮ ਫਾਈਟਰਸ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬਣਦੇ ਹੱਕਾਂ ਨੂੰ ਵਿਸਾਰਿਆ ਹੈ। ਉਹਨਾਂ ਦੇ ਬਣਦੇ ਹੱਕਾਂ ਨੂੰ ਸਾਡੀਆਂ ਸਰਕਾਰਾਂ ਨੇ ਆਪਣੇ ਪੈਰਾਂ ਥੱਲੇ ਲਿਤਾੜਿਆ ਹੈ, ਔਰ ਆਪਣੀ ਸਸਤੀ ਸ਼ੋਹਰਤ ਹਾਸਲ ਕਰਨ ਲਈ ਉਹਨਾਂ ਨੂੰ ਸਿਰਫ 150-150 ਰੁਪਏ ਵਾਲੀਆਂ ਚਿੱਟੀਆਂ ਲੋਈਆਂ ਉਹਨਾਂ ਦੇ ਮੋਢਿਆਂ ਤੇ ਪਾ ਕੇ, ਜਾਂ ਇੱਕ ਠੰਡਾ ਸਮੋਸਾ, ਠੰਡੇ ਚਾਹ ਦਾ ਕੱਪ ਪਿਲਾ ਕੇ ਉਹਨਾਂ ਤੋਂ ਆਪਣੀਆਂ ਸਿਆਸਤਾਂ ਤਾਂ ਉਹਨਾਂ ਨੇ ਪੂਰੀਆਂ ਚੜ੍ਹਾਈਆਂ ਨੇ, ਪਰ ਉਹਨਾਂ ਨੂੰ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ। ਅੱਜ ਅਸੀਂ ਵਡਭਾਗੇ ਹਾਂ ਕਿ ਅਸੀਂ ਅੱਜ ਸਰਦਾਰ ਭਗਵਾਨ ਸਿੰਘ ਲੌਂਗੋਵਾਲ ਜੀ ਦੇ, ਉਹਨਾਂ ਦੀ ਸੁਪੁੱਤਰੀ ਦੇ ਦਰਸ਼ਨ ਕਰ ਰਹੇ ਹਾਂ। ਬੀਬਾ ਸੁਮਿੰਦਰ ਕੌਰ ਜੀ ਲੌਂਗੋਵਾਲ ਮਾਤਾ ਜੀ ਨੇ ਸਾਡੇ, ਬਹੁਤ ਬਹੁਤ ਸ਼ੁਕਰੀਆ ਮਾਤਾ ਜੀ, ਤੁਸੀਂ ਸਾਨੂੰ ਪੰਜਾਬ ਨਾਵਾਂ ਨੂੰ ਵਡਭਾਗੇ ਬਣਾਇਆ, ਦਰਸ਼ਨ ਦਿੱਤੇ, ਆਪਣਾ ਕੀਮਤੀ ਸਮਾਂ ਦੇ ਕੇ ਨਵਾਜਿਆ, ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਨਾਵਾਂ ਦੇ। ਜੀ ਮੈਂ ਤੁਹਾਡੇ ਤੋਂ ਪਹਿਲਾਂ, ਕਿਉਂਕਿ ਤੁਸੀਂ ਬਚਪਨ ਤੋਂ ਭਗਵਾਨ ਸਿੰਘ ਜੀ ਦੇ ਸਪੁੱਤਰੀ ਹੋ, ਤੁਸੀਂ ਉਹਨਾਂ ਦੀ ਘਾਲਣਾ, ਉਹਨਾਂ ਦੀ ਜਿਹੜੀ ਲੜਾਈ ਸੀ ਉਹਨੂੰ ਬਹੁਤ ਨੇੜੇ ਹੋ ਦੇਖਿਆ,
ਸੋ ਤੁਸੀਂ ਆਜ਼ਾਦੀ ਦੇ ਪਰਵਾਨਿਆਂ ਨੂੰ ਕੁਰਬਾਨੀਆਂ ਕਰਦੇ ਦੇਖਿਆ, ਸਾਨੂੰ ਜ਼ਰਾ ਉਹਨਾਂ ਦੇ ਦਰਸ਼ਨ ਕਰਾਓ, ਉਹਨਾਂ ਦੀਆਂ ਗੱਲਾਂ ਦੱਸ ਕੇ, ਉਹਨਾਂ ਦੀਆਂ ਕੁਰਬਾਨੀਆਂ ਦੱਸ ਕੇ, ਤਾਂ ਕਿ ਇਸ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਭਗਵਾਨ ਜੀ ਦੀਆਂ ਕੁਰਬਾਨੀਆਂ ਕਿੱਡੀਆਂ ਵੱਡੀਆਂ ਸਨ, ਜਿਹਨਾਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਸਾਹ ਲੈ ਰਹੇ ਹਾਂ। ਬੀਬੀ ਸੁਖਮਿੰਦਰ ਜੀ, ਮੇਰੇ ਦਾਦਾ ਜੀ ਸਰਦਾਰ ਰੂਪ ਸਿੰਘ ਬਰਮਾ ਵਿੱਚ ਫੌਜ ਭਰਤੀ ਸੀ ਤੇ ਮੇਰੇ ਪਿਤਾ ਦਾ ਜਨਮ ਉਸ ਵੇਲੇ ਹੋਇਆ ਜਦੋਂ ਮੇਰੇ ਪਿਤਾ ਜੀ 18 ਸਾਲ ਦੇ ਹੋਏ ਤਾਂ ਉਹ ਫੌਜ ਵਿੱਚ ਭਰਤੀ ਕਰਾਤੇ ਮੇਰੇ ਦਾਦਾ ਜੀ ਨੇ। ਉਹ ਫੌਜ ਵਿੱਚ ਭਰਤੀ ਹੋਏ ਪਰ ਜਦੋਂ ਉਹਨਾਂ ਨੇ ਫੌਜ 'ਚ ਜਾ ਕੇ ਦੇਖਿਆ ਵੀ ਇਹ ਤਾਂ 700 ਗੁਲਾਮੀ ਕਰਾ ਰਹੇ ਨੇ, ਉਹ ਗੁਲਾਮੀ ਨੂੰ ਸਹਿ ਨਾ ਸਕੇ। ਉੱਥੇ ਉਹਨਾਂ ਨੇ ਕੋਈ ਅਫਸਰ ਨੇ ਉਹਨਾਂ ਨੂੰ ਮਾੜਾ ਜਿਹਾ ਕੁਝ ਕਿਹਾ, ਪੁੱਠਾ ਸਿੱਧਾ ਬੋਲਿਆ, ਉਹਨਾਂ ਨੇ ਅਫਸਰ ਦੇ ਗੁਲਾਮੇ 'ਚ ਹੱਥ ਪਾ ਕੇ ਉਸ ਅਫਸਰ ਨੂੰ ਕੁੱਟ ਧੱਲਿਆ ਤੇ ਉੱਥੋਂ ਉਹ ਸਾਧੂ ਦਾ ਭੇਸ ਬਦਲ ਕੇ ਨੇਪਾਲ ਦੇ ਵਿੱਚ ਪੈਰੀ ਤੁਰ ਕੇ ਆ ਗਏ ਤੇ ਆ ਕੇ ਆਪਣੇ ਨੇਪਾਲ ਪਹੁੰਚ ਗਏ। ਉਸ ਤੋਂ ਪਿੱਛੋਂ ਉਹ ਜਦੋਂ ਆਪਣੇ ਰਿਆਸਤ 'ਚ ਪਟਿਆਲਾ 'ਚ ਆਏ ਤਾਂ ਪਿੰਡ ਲੌਂਗੋਵਾਲ ਪਹੁੰਚੇ, ਉੱਥੇ ਆ ਕੇ ਜਦੋਂ ਉਹਨਾਂ ਨੇ ਦੇਖਿਆ ਵੀ ਮਹਾਰਾਜਾ ਲੋਕਾਂ 'ਤੇ ਜੁਰਮ ਕਰ ਰਿਹਾ, ਮਹਾਰਾਜਾ ਭੁਪਿੰਦਰ ਸਿੰਘ ਲੋਕਾਂ 'ਤੇ ਜੁਰਮ ਕਰ ਰਿਹਾ, ਤਾਂ ਉਸ ਵੇਲੇ ਉਹ ਬੜੇ ਔਖੇ ਹੋਏ ਵੀ ਉੱਥੋਂ ਛੱਡ ਕੇ ਆਏ ਸੀ ਅਤੇ ਇੱਥੇ ਜੁਰਮ ਹੋ ਰਹੇ ਨੇ। ਦੂਰੀ ਗੁਲਾਮੀ ਦਾ ਸ਼ਿਕਾਰ ਸੀ ਅਸੀਂ, ਇੱਕ ਪਾਸੇ ਅੰਗਰੇਜ਼ਾਂ ਦੇ, ਦੂਜੇ ਪਾਸੇ ਰਜਵਾੜਿਆਂ ਦੇ। ਉਹਨਾਂ ਨੇ ਅੰਗਰੇਜ਼ਾਂ ਨੂੰ ਤਾਂ ਅੰਗਰੇਜ਼ਾਂ ਦੀ ਗੁਲਾਮੀ ਤਾਂ ਉੱਥੇ ਫੌਜ ਵਿੱਚ ਲੜਦੇ ਰਹੇ ਅਤੇ ਜਦੋਂ ਇੱਥੇ ਆਏ ਸਾਰੀਆਂ ਪਾਰਟੀਆਂ ਜਥੇਬੰਦੀਆਂ ਨੂੰ ਸੁਨੇਹਾ ਦਿੱਤਾ ਵੀ ਅਸੀਂ ਆਪਾਂ ਪਾਰਟੀਬਾਜ਼ੀ ਤੋਂ ਇਕੱਠੇ ਉੱਠ ਕੇ ਇੱਥੇ ਆਪਾਂ ਇੱਕ ਇਹੀ ਪਾਰਟੀ ਬਣਾਈਏ ਜਿਹਦੇ ਨਾਲ ਇਹ ਰਜਵਾੜਾ ਸ਼ਾਹੀ ਨੂੰ ਖਤਮ ਕਰੀਏ। ਸਾਰੇ ਲੋਕ ਚੰਦ ਕੁ ਬੰਦੇ ਉਸ ਗੱਲ ਨੂੰ ਮੰਨ ਕੇ ਮੇਰੇ ਬਾਪੂਆਂ ਦੇ ਨਾਲ ਰਲੇ ਅਤੇ ਉਹਨਾਂ ਨੇ ਆ ਕੇ ਮਾਨਸਾ ਜ਼ਿਲ੍ਹੇ ਵਿੱਚ, ਮਾਨਸਾ ਦੇ ਜ਼ਿਲ੍ਹੇ ਵਿੱਚ ਜਾ ਕੇ ਪਰਜਾ ਮੰਡਲ ਦੀ ਨੀਂਹ ਰੱਖੀ 17 ਮਈ 1928 ਨੂੰ, 17 ਮਈ 1928 ਨੂੰ ਉੱਥੇ ਪਰਜਾ ਮੰਡਲ ਦੀ ਨੀਂਹ ਰੱਖੀ। ਮੇਰੇ ਫਾਦਰ ਜੇਲ੍ਹ 'ਚ ਸੀ, ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਵੀ ਜੇਲ੍ਹ 'ਚ ਸੀ ਅਤੇ ਉੱਥੇ ਉਹਨਾਂ ਨੂੰ ਸਰਦਾਰ ਸੇਵਾ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਪਰਜਾ ਮੰਡਲ ਦਾ ਅਤੇ ਮੇਰੇ ਫਾਦਰ ਨੂੰ ਜਨਰਲ ਸਕੱਤਰ ਚੁਣਿਆ ਗਿਆ। ਜਦੋਂ ਜੇਲ੍ਹ 'ਚੋਂ ਬਾਹਰ ਆਏ ਆ ਕੇ ਉਹਨਾਂ ਨੇ ਸਰਗਰਮੀ ਸ਼ੁਰੂ ਕਰ ਦਿੱਤੀ, ਸਰਗਰਮੀ ਇਸ ਢੰਗ ਦੀ ਸ਼ੁਰੂ ਕੀਤੀ ਵੀ ਰਾਜੇ ਦੇ ਨੱਕ 'ਚ ਦਮ ਲਿਆ ਤਾ, ਲੋਕਾਂ ਦੀਆਂ ਜ਼ਮੀਨਾਂ ਦੱਬੀ ਬੈਠੀ ਸੀ, ਉਹਨਾਂ ਨੇ ਜ਼ਮੀਨਾਂ ਛੜਾ ਕੇ ਲੋਕਾਂ ਨੂੰ ਜ਼ਮੀਨਾਂ ਮਾਲਕੀ ਦੇ ਹੱਕ ਦਿੱਤੇ। 365 ਰਾਣੀਆਂ ਰੱਖੀ ਬੈਠਾ ਸੀ, 365 ਰਾਣੀਆਂ ਦੇ ਰਾਜੇ ਨੂੰ ਕਹਿੰਦਾ ਵੀ ਇਹਨਾਂ ਦੇ ਵਿਆਹ ਕਰ ਅਤੇ ਇਹਨਾਂ ਨੂੰ ਆਪਣੇ ਆਪਣੇ ਥੌਂਸਖਾਣੇ 'ਤੇ ਭੇਜ, ਪਰ ਰਾਜੇ ਦੇ ਨਾਲ ਪੂਰੀ ਉਹਨਾਂ ਨੇ ਝੜਪ ਦਿਖਾਈ। ਰਾਜੇ ਨੇ ਇੱਕ ਦਿਨ ਉਹਨਾਂ ਨੂੰ ਕਿਹਾ, ਸੱਦਿਆ ਮੇਰੇ ਫਾਦਰ ਨੂੰ, ਕਹਿੰਦੇ ਆ ਕੇ ਆ ਖੜਾ ਘੋੜਾ, ਤੁਸੀਂ ਕਹਿੰਦੇ ਇੱਕ ਗੱਲ ਮੰਨੋ, ਜਿੱਥੋਂ ਤੱਕ ਤੁਸੀਂ ਇਹਨੂੰ ਘੋੜੇ ਨੂੰ ਲੈ ਜਾਓਗੇ ਉਨੀ ਰਿਆਸਤ ਦੇ ਪਿੰਡ ਤੁਹਾਨੂੰ ਛੱਡ ਦੂੰ। 24 ਘੰਟੇ ਦਿੱਤੇ। ਮੇਰਾ ਫਾਦਰ ਕਹਿੰਦਾ ਵੀ ਨਹੀਂ, ਮੈਂ ਲੋਕਾਂ ਨੂੰ ਆਜ਼ਾਦ ਕਰਾਉਣਾ ਹੈ, ਆਪਣੇ ਆਪ ਨੂੰ ਨਹੀਂ, ਮੈਨੂੰ ਲੋੜ ਪਾਸੇ ਦੀ। ਕਹਿੰਦੇ ਫਿਰ ਮੇਰੀ ਗੱਲ ਹੁਣ ਮੇਰੀ ਸੁਣ, ਤੂੰ ਤੈਨੂੰ ਮੈਂ ਰਿਆਸਤ 'ਚੋਂ ਬਾਹਰ ਕੱਢਦਾ। ਅਤੇ ਮੇਰੇ ਫਾਦਰ ਮੰਨ ਕੇ ਕਹਿੰਦੇ ਕੱਢ ਦੇ, ਅਤੇ ਮੇਰੇ ਫਾਦਰ ਅਜੇ ਵਿਆਹੇ ਵੀ ਨਹੀਂ ਸੀ ਅਤੇ ਉਹਨਾਂ ਨੂੰ ਰਿਆਸਤ 'ਚੋਂ ਬਾਹਰ ਕੱਢਿਆ ਗਿਆ। ਕੱਢਣ ਤੋਂ ਬਾਅਦ ਅਤੇ ਜ਼ਿਲ੍ਹਾ ਵਤਨ ਕਰ ਦਿੱਤੇ, ਰਿਆਸਤ 'ਚ ਨਹੀਂ ਵੜਨਾ, ਗੋਲੀ ਦਾ ਹੁਕਮ ਦੇ ਤਾ, ਭਗੌੜਾ ਕਰਾਰ ਦੇ ਤਾ। ਜਦੋਂ ਮੇਰੇ ਪਰਿਵਾਰ ਨੂੰ, ਮੇਰੇ ਦਾਦੇ ਦਾਦੀ ਨੂੰ ਪਤਾ ਲੱਗਿਆ, ਮਨ ਨੂੰ ਬਹੁਤ ਉਹਨਾਂ ਨੂੰ ਹੋਇਆ ਵੀ ਚਲੋ ਇੱਕੋ ਇੱਕ ਬੱਚਿਆਂ ਨੂੰ ਬਾਹਰ ਭੇਜਤਾ। ਮੇਰੇ ਮਾਦਰ ਨੂੰ ਜਾ ਕੇ ਅੰਮ੍ਰਿਤਸਰ ਲੈ ਕੇ ਮੰਗਣਾ ਹੋਇਆ ਸੀ। ਮੇਰੀ ਮਾਦਰ ਜਦੋਂ ਅੰਮ੍ਰਿਤਸਰ ਗਈ, ਉੱਥੇ ਜਾ ਕੇ ਮੇਰੀ ਮਾਦਰ ਦਾ ਵਿਆਹ ਕੀਤਾ, ਉਹ ਵੀ ਉਹਨਾਂ ਦੇ ਨਾਲ ਰਹਿਣ ਲੱਗ ਗਏ। ਪਰ ਜਮਨ ਲਿਆ ਕਾਨਫਰੰਸਾਂ 'ਚ ਮੇਰੇ ਫਾਦਰ ਨੂੰ ਆਉਣ ਨਹੀਂ ਸੀ ਦਿੱਤਾ ਜਾਂਦਾ ਕਿਉਂਕਿ ਬਰੰਟ ਹੁੰਦੇ ਸੀ, ਗੋਲੀ ਦਾ ਹੁਕਮ ਸੀ। ਮੇਰੀ ਮਾਤ ਆ ਕੇ ਪੰਜਾਬ ਵਿੱਚੋਂ ਕਾਨਫਰੰਸਾਂ ਆਪਣੇ ਆ ਕੇ ਰਿਆਸਤ ਪਟਿਆਲੇ 'ਚ ਕਾਨਫਰੰਸਾਂ ਅਟੈਂਡ ਕਰਕੇ ਜਾਂਦੀ ਰਹੀ ਅਤੇ ਮੈਂ ਵੀ, ਮੇਰਾ ਜਨਮ ਵੀ ਅੰਮ੍ਰਿਤਸਰ ਪਰਜਾ ਮੰਡਲ ਦੇ ਟਾਈਮ ਜ਼ਿਲ੍ਹਾ ਵਤਨ ਦੇ ਵੇਲੇ ਉੱਥੇ ਹੋਇਆ। ਜਦੋਂ ਸਾਨੂੰ ਜ਼ਿਲ੍ਹਾ ਵਤਨ ਕੀਤਾ ਸੀ, ਮੇਰਾ ਜਨਮ ਅੰਮ੍ਰਿਤਸਰ ਦਾ ਜਨਮ ਹੋਇਆ। ਮੈਨੂੰ ਮੇਰੀ ਮਾਤਾ ਨੇ ਉੱਥੇ ਪਾਲਣ ਪੋਸ਼ਣ ਕੀਤਾ। ਮੈਂ 7-8 ਸਾਲ ਦੀ ਹੋ ਗਈ, ਉੱਥੇ ਨਾਲ ਹੀ ਉਹਨਾਂ ਦੇ ਮੈਂ ਵੀ ਰਹੀ, ਮੈਂ ਵੀ ਨਾਲ ਹੀ ਉਹਨਾਂ ਦੇ ਜਾਇਆ ਕਰਾਂ। ਅਤੇ ਮੇਰੇ ਫਿਰ ਫਾਦਰ ਨੇ ਪੂਰੀ ਲੜਾਈ ਕੀਤੀ ਜਦੋਂ ਸਰਦਾਰ ਸੇਵਾ ਸਿੰਘ ਸੀਕਰੀ ਵਾਲੇ ਨੂੰ ਮਾਸਟਰ ਤਾਰਾ ਸਿੰਘ ਅਤੇ ਹਰਚੰਦ ਸਿੰਘ ਜੇਜੀ ਨੇ ਇੱਕ ਅੰਦਰੋਂ ਗਤੀ ਸਮਝੌਤਾ ਕਰ ਲਿਆ। ਪਰਜਾ ਮੰਡਲ ਸੀ ਹਰਚੰਦ ਸਿੰਘ ਜੇਜੀ ਵੀ ਅਤੇ ਮਾਸਟਰ ਤਾਰਾ ਸਿੰਘ ਮੇਰੇ ਫਾਦਰ ਦੇ ਨਾਲ ਸੀ। ਜਦੋਂ ਸਮਝੌਤਾ ਕਰ ਲਿਆ, ਸਮਝੌਤੇ ਦੇ ਵਿੱਚ ਉਹਨਾਂ ਨੇ ਸੇਵਾ ਸਿੰਘ ਠੀਕਰੀ ਵਾਲੇ ਨੂੰ ਅੰਦਰ ਸ਼ਹੀਦ ਕਰਤਾ ਅਤੇ ਮੇਰੇ ਫਾਦਰ ਨੂੰ ਜੇਲ੍ਹ ਦੇ ਵਿੱਚ ਕੋਠੜੀ 'ਚ ਬੰਦ ਕਰਤਾ ਅਤੇ ਉਹਨਾਂ ਨੇ ਉੱਥੇ ਮਰਨ ਵਰਤ ਰੱਖ ਲਿਆ ਅਤੇ ਭੁੱਖ ਹੜਤਾਲ ਰੱਖੀ। ਇੱਥੋਂ ਤੱਕ ਮੇਰੇ ਫਾਦਰ ਨੇ ਇੰਨੇ ਕਮਜ਼ੋਰ ਹੋ ਗਏ, ਨਾਲੀਆਂ ਨਾਲ ਉਹਨਾਂ ਦੁੱਧ ਪਾਉਂਦੇ ਰਹੇ। ਅਖੀਰ ਉਹਨਾਂ ਨੇ ਜੇਲ੍ਹ 'ਚੋਂ ਕੱਢ ਕੇ ਬਾਹਰ ਅੰਮ੍ਰਿਤਸਰ ਭੇਜਤਾ ਅਤੇ ਮੇਰੇ ਫਾਦਰ ਅੰਮ੍ਰਿਤਸਰ ਦੇ ਅਕਾਲ ਤਖ਼ਤ ਅੰਮ੍ਰਿਤਸਰ ਦੇ ਉੱਤੇ ਕੱਟੀ ਜੇਲ੍ਹ, ਉੱਥੇ ਅੰਮ੍ਰਿਤਸਰ ਅਕਾਲ ਤਖ਼ਤ ਦੇ ਉੱਤੇ ਭੁੱਖ ਹੜਤਾਲ ਕੱਟੀ।
ਇੱਥੋਂ ਤੱਕ ਕਿ ਉਹ ਇੰਨੇ ਕਮਜ਼ੋਰ ਇੰਨੇ ਵੀਕ ਹੋ ਗਏ ਸੀ ਵੀ ਉਹਨਾਂ ਨੂੰ ਤੁਰਨਾ ਫਿਰਨਾ ਔਖਾ ਹੋ ਗਿਆ ਸੀ। ਉੱਥੇ ਆ ਕੇ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਪਰ ਜਮਲ ਲੀਆਂ ਨੇ ਦਰਬਾਰ ਸਾਹਿਬ 'ਚ ਦੇਖ ਲਿਆਂਦੀ, ਸਰੋਵਰ 'ਚ ਜਲ ਲਿਆ ਕੇ ਮੇਰੇ ਪਿਤਾ ਜੀ ਦਾ ਭੁੱਖ ਹੜਤਾਲ ਤੜਾਈ। ਅਤੇ ਉਦੋਂ ਪਿੱਛੋਂ ਮਹਾਰਾਜਾ ਪਟਿਆਲਾ ਇੰਨੇ ਤਸੀਹਾਂ ਨਾਲ ਇੰਨਾ ਔਖਾ ਹੋ ਕੇ ਮਰਿਆ। ਅਤੇ ਮੇਰੇ ਫਾਦਰ ਚੋਰੀਆਂ ਛਪੋਰੀਆਂ ਮੀਟਿੰਗਾਂ ਕਰਦੇ ਰਹੇ ਪਰ ਉਹਨੂੰ ਹੱਥ 'ਚ ਨਹੀਂ ਆਏ ਕਿਸੇ ਦੇ ਨਾ ਕੋਈ ਸਰਕਾਰ। ਇੰਨੀ ਉਹਨਾਂ ਦੀ ਜੇਲ੍ਹਾਂ ਜਿੱਥੇ ਵੀ ਜਾਂਦੇ ਉੱਥੇ ਪੂਰੀਆਂ ਦੇ ਪੂਰੀਆਂ ਜੇਲ੍ਹਾਂ ਕੱਢਦੇ ਤੇ ਜੇਲ੍ਹਾਂ ਵਿੱਚ ਰਹਿੰਦੇ ਰਹੇ। ਪਰ ਕਾਫ਼ੀ ਚਿਰ ਉਹ ਪਰਜਾਮੰਡ ਰਿਆਸਤ ਤੋਂ ਬਾਹਰ, ਖਡਿਆਲ ਰਿਆਸਤੀ ਇਲਾਕੇ ਤੋਂ ਬਾਹਰ ਸੀ ਅਤੇ ਖਡਿਆਲ ਵਰਗੇ ਪਿੰਡਾਂ ਵਿੱਚ ਉਹਨਾਂ ਨੇ ਟਾਈਮ ਪਾਸ ਕੀਤਾ। ਉਸ ਤੋਂ ਪਿੱਛੋਂ ਮਹਾਰਾਜਾ ਭੁਪਿੰਦਰ ਜਦੋਂ ਡੈਥ ਹੋਈ ਤਾਂ ਉਹ ਯਾਦਵਿੰਦਰ ਨੂੰ ਕਹਿ ਕੇ ਗਿਆ। ਮੇਰੇ ਫਾਦਰ ਦੀ ਕਿਤਾਬ ਲਿਖੀ ਹੈ ਮਾਸਟਰ ਬਲਵੀਰ ਚੰਦ ਜੀ ਨੇ ਜਗਜੀਤ ਸਿੰਘ ਜੋਗਾ ਜੀ ਤੋਂ ਪੁੱਛ ਪੁੱਛ ਕੇ, ਅਤੇ ਉਹਦੇ ਵਿੱਚ ਲਿਖਿਆ ਕਿ ਉਹਨੇ ਪੰਜ ਪੰਡਿਤ ਬਿਠਾਏ ਕਿਉਂਕਿ ਔਖਾ ਹੋ ਰਿਹਾ ਸੀ ਮਹਾਰਾਜਾ ਭੁਪਿੰਦਰ ਵੀ, ਮੈਂ ਦੇਸ਼ ਭਗਤਾਂ ਨੂੰ ਇੰਨਾ ਤੰਗ ਕੀਤਾ ਤੁਸੀਂ ਇਹ ਜਿੱਤੇ ਭੁਗਤ ਰਿਹਾ। ਉਹਨੇ ਯਾਦਵਿੰਦਰ ਨੂੰ ਕਿਹਾ ਵੀ ਜੇ ਹੁਣ ਤੈਂ ਰਾਜ ਕਰੇਗਾ ਮੇਰੇ ਮਰਨ ਤੋਂ ਬਾਅਦ, ਪਰ ਤੂੰ ਇੱਕ ਗੱਲ ਯਾਦ ਰੱਖੀ ਵੀ ਉਹਨਾਂ ਲੋਕਾਂ ਨਾਲ ਦੋਸਤੀ ਪਾ ਕੇ ਰੱਖੀ, ਤੈਨੂੰ ਲੌਂਗੋਵਾਲੀ ਭਗਵਾਨ ਸਿੰਘ ਨੇ ਟਿਕਣ ਨਹੀਂ ਦੇਣਾ, ਪਹਿਲਾਂ ਉਹਨਾਂ ਨਾਲ ਦੋਸਤੀ ਪਾਈ। ਮਹਾਰਾਜਾ ਯਾਦਵਿੰਦਰ ਨੇ ਜਦੋਂ ਸਾਨੂੰ ਕਿਹਾ ਵੀ 19 ਜਨਵਰੀ ਸਰਦਾਰ ਸੇਵਾ ਸਿੰਘ ਸ਼ਹੀਦ ਹੋਣ ਤੋਂ ਬਾਅਦ ਮਹਾਰਾਜਾ ਯਾਦਵਿੰਦਰ ਨੇ ਸਾਨੂੰ ਸਾਰੇ ਦੇਸ਼ ਭਗਤ ਨੂੰ ਰਿਹਾਅ ਕਰ ਦਿੱਤਾ, ਅਤੇ ਅਸੀਂ 35 ਜਨਵਰੀ 1935 'ਚ ਸਾਰਿਆਂ ਨੂੰ ਕਿਹਾ ਵੀ ਤੁਸੀਂ ਆਪਦੀ ਆਪਦੀ ਰਿਆਸਤ 'ਚ ਬਾਹਰ ਆ ਜਾਓ। ਮੈਂ ਵੀ 1.5-2 ਸਾਲ ਦੀ, ਮੇਰੀ ਮਾਦਰ ਦੀ ਗੋਦੀ ਸੀ, ਬਾਬਾ ਹੀਰਾ ਸਿੰਘ ਭੱਠਲ, ਮਾਤਾ ਹਰਨਾਮ ਕੌਰ, ਬਾਈ ਮਨਜੀਤ ਬਾਪੀਆਂ ਦੀ ਗੋਦੀ 'ਚ, ਅਸੀਂ ਸਾਰੇ ਪਰਜਾ ਮੰਡਲ ਦੇ ਲੋਕ ਇਕੱਠੇ ਹੋ ਕੇ ਸੁਨਾਮ ਸਟੇਸ਼ਨ 'ਤੇ ਆਏ। ਸੁਨਾਮ ਦੇ ਸਟੇਸ਼ਨ ਦੇ ਉੱਤੇ ਬਾਬੂ ਬਿਰਸ਼ਪਾਨ ਜੀ ਜੋ ਪੈਪਸੀ ਦੇ ਮੁੱਖ ਮੰਤਰੀ ਰਹੇ ਨੇ ਉਸ ਵੇਲੇ ਵਕੀਲ ਸੀ, ਉਹਨਾਂ ਨੇ ਉਹਨਾਂ ਸਾਰੇ ਦੇਸ਼ ਭਗਤਾਂ ਦਾ ਬੜਾ ਸਨਮਾਨ ਕੀਤਾ, ਦੁਸ਼ਾਲਿਆਂ ਨਾਲ ਸਵਾਗਤ ਕੀਤਾ, ਅਤੇ ਫਿਰ ਢੋਲ ਢਮੱਕੇ ਵਜਾਉਂਦੇ ਹੋਏ ਮੇਰੇ ਫਾਦਰ ਨੂੰ ਲੌਂਗੋਵਾਲ ਲੈ ਆਏ। ਜਦੋਂ ਮੇਰੇ ਫਾਦਰ ਲੌਂਗੋਵਾਲ ਵਿੱਚ ਆਏ ਤਾਂ ਉਹਨਾਂ ਨੂੰ ਪੁੱਛਿਆ ਵੀ ਸਰਦਾਰ ਜੀ ਕਿੱਥੇ ਛੱਡੀਏ, ਘਰ ਸਾਡਾ ਗਹਿਣੇ ਕਰਿਆ ਹੋਇਆ, ਜ਼ਮੀਨ ਸਰਕਾਰ ਕੋਲ ਜਾਵ ਤੂੰ। ਉਹ ਕਹਿੰਦੇ ਵੀ ਐਂ ਕਰੋ, ਮੈਨੂੰ ਗੁਰਦੁਆਰਾ ਸਾਹਿਬ ਛੱਡਿਓ। ਹੁਣ ਮੇਰੇ ਕਿਹਾ ਮੇਰੇ ਫਾਦਰ ਗੁਰਦੁਆਰਾ ਸਾਹਿਬ 'ਚ ਆ ਗਏ, ਗੁਰਦੁਆਰਾ ਸਾਹਿਬ ਆਏ ਦੂਜੇ ਦਿਨ ਹੀ ਸਾਡਾ ਘਰ ਤਾਂ ਜਿਹੜੇ ਰਹਿੰਦੇ ਸੀ ਉਹਨਾਂ ਨੇ ਛੱਡਤਾ। ਮੇਰੀ ਮਾਦਰ ਨੂੰ ਕਹਿੰਦਾ ਵੀ ਤੂੰ ਘਰੇ ਆ ਜਾ। ਜਿੰਨਾ ਚਿਰ ਮੇਰੇ ਫਾਦਰ ਨੇ ਜ਼ਿੰਦਗੀ ਕੱਟੀ, 34 ਤੋਂ ਬਾਅਦ 44 'ਚ ਉਹਨਾਂ ਦੀ ਡੈਥ ਹੋਈ ਹੈ ਮੇਰੇ ਫਾਦਰ ਦੀ, 44 'ਚ ਡੈਥ ਹੋਈ ਹੈ 17 ਸਤੰਬਰ 1944 ਨੂੰ। ਉਹਨਾਂ ਚਿਰ ਉਹ ਗੁਰਦੁਆਰਾ ਸਾਹਿਬ ਇਹ ਉਹਨੇ ਘਰ ਦੇ ਅੰਦਰ ਪੈਰ ਨਹੀਂ ਪਾਇਆ, ਘਰੇ ਨਹੀਂ ਆਇਆ। ਜੇ ਕਿਤੇ ਗਲੀ ਗੁਆਂਢ 'ਚ ਆਉਂਦੇ ਤਾਂ ਉੱਥੋਂ ਹੀ ਮੁੜ ਜਾਂਦੇ। ਇੰਨੇ ਫਿਰ ਵੀ ਇੰਨੇ ਤਸੀਹੇ ਕੱਢਦੇ ਰਹੇ ਅਤੇ ਆਪਣੇ ਕਾਨਫਰੰਸਾਂ ਕਰਦੇ ਰਹੇ, ਲੋਕਾਂ ਨੂੰ ਸਾਮਰਾਜ ਦੇ ਖਿਲਾਫ ਲੜਾਈਆਂ ਲੜਦੇ, ਇਹਨਾਂ ਰਿਆਸੀ ਪਰਜਾ ਮੰਡਲੀਆਂ ਦੇ ਖਿਲਾਫ ਪੂਰੀਆਂ ਲੜਾਈਆਂ ਕਰਦੇ ਰਹੇ। ਕਿਤੇ ਵੀ ਡਰਦੇ ਨਹੀਂ ਸੀ, ਤਲਵੰਡੀ ਸਾਹਿਬ ਜਿੱਥੇ ਉਹਨਾਂ ਦੀ ਕਾਨਫਰੰਸ ਹੁੰਦੀ ਉੱਥੇ ਭੇਸ ਬਦਲਾ ਕੇ ਕੋਈ ਵੀ ਰੂਪ ਧਾਰ ਕੇ, ਕਦੇ ਜੋਗੀ ਦਾ ਕਰ ਲਿਆ, ਕਦੇ ਕਿਤੇ ਵੀ ਕਰ ਲਿਆ, ਉਸੇ ਜਾ ਕੇ ਕਾਨਫਰੰਸ ਅਟੈਂਡ ਕਰਦੇ। ਮਾਸੂਆਣੇ ਸਾਹਿਬ ਆਉਂਦੇ ਤਾਂ ਉੱਥੇ ਪੁਲਿਸ ਆਲੇ ਦੁਆਲੇ ਹੋ ਜਾਂਦੀ। ਮੇਰੀ ਮਾਦਰ ਕਹਿੰਦੀ ਵੀ ਮੈਂ ਗੋਦੀ ਚੱਕੀ ਹੁੰਦੀ, ਅਤੇ ਮੇਰੀ ਮਾਦਰ ਦੱਸਦੇ ਰਹੇ, ਮੇਰੀ ਮਾਦਰ ਦਾ ਹੁਣ ਪਿੱਛੇ 2004 'ਚ ਡੈਥ ਹੋਈ ਉਹਨਾਂ ਦੀ, ਅਤੇ ਉਹ ਮੈਨੂੰ ਦੱਸਦੇ ਰਹਿੰਦੇ ਵੀ ਅਸੀਂ ਇੰਨੇ ਇੰਨੇ ਔਖੇ ਮਾਸੂਆਣਾ ਸਾਹਿਬ ਆ ਕੇ ਤਕਰੀਰ ਕੀਤੀ, ਜਦੋਂ ਇਹਨਾਂ ਨੇ ਰਜਵਾੜਾ ਸ਼ਾਹੀ ਦੇ ਖਿਲਾਫ਼, ਰਾਜਿਆਂ ਦੇ ਖਿਲਾਫ਼ ਬੋਲੇ, ਅਤੇ ਉੱਥੇ ਮੇਜ਼ 'ਤੇ ਜੋਰ ਦੀ ਜੋਸ਼ 'ਚ ਆ ਕੇ ਮੁੱਕੀ ਮਾਰੀ, ਲੋਕ ਹਿੰਡ ਪੁੰਡ ਗਏ, ਉੱਥੋਂ ਭੱਜ ਕੇ ਆ ਕੇ ਕਿਸੇ ਕਿਸਾਨ ਦੇ ਖੇਤ 'ਚ ਆ ਕੇ ਕਹੀ ਚੱਕ ਕੇ ਬਦਲ ਕੇ ਕਿਸਾਨ ਦੇ ਕੱਪੜੇ ਉੱਥੇ ਪਾਣੀ ਲਾਉਣ ਲੱਗ ਗਏ, ਅਤੇ ਪੁਲਿਸ ਉੱਥੋਂ ਉਹਨਾਂ ਨੂੰ ਛੱਡ ਗਈ। ਇਹੋ ਜਿਹੇ ਤਸੀਹੇ ਉਹਨਾਂ ਨੇ ਝੱਲੇ, ਜੇ ਇੰਨੇ ਇੰਨੇ ਤਸੀਹੇ ਝੱਲਦੇ ਹੋਏ ਅਖੀਰ ਨੂੰ 17 ਸਤੰਬਰ 1944 ਨੂੰ ਆਖਰੀ ਸਾਹ ਉਹਨਾਂ ਨੇ ਗੁਰਦੁਆਰਾ ਸਾਹਿਬ ਬਾਬਾ ਮਨੀ ਸਿੰਘ ਦੇ ਗੁਰਦੁਆਰਾ ਦੇ ਲਿਆ, ਅਤੇ ਹਮੇਸ਼ਾ ਲਈ ਸਾਨੂੰ ਵਿਛੋੜਾ ਦੇ ਕੇ ਚਲੇ ਗਏ। ਜਦੋਂ ਮੇਰੇ ਫਾਦਰ ਦੀ ਡੈਥ ਹੋਈ, ਘਰ ਵਿੱਚ ਜ਼ਮੀਨ ਜਾਬਤ ਕਮਾਉਣ ਵਾਲਾ ਬੰਦਾ ਨਾ, ਮੇਰੀ ਮਾਂ ਵੈਸੇ ਬਹੁਤ ਤਕੜੇ ਸੀਗੇ, ਮੇਰੇ ਮਾਦਰ ਵੀ ਉਹਨਾਂ ਦੇ ਨਾਲ ਫਿਰਦਿਆਂ ਕਰਕੇ, ਕਾਨਫਰੰਸਾਂ 'ਚ ਜਾਂਦਿਆਂ ਕਰਕੇ, ਲੋਕਾਂ ਦੇ ਘੋਲਾਂ 'ਚ ਲੜਦਿਆਂ ਕਰਕੇ, ਉਹ ਬਹੁਤ ਤਕੜੇ ਸੀ, ਬਹੁਤ ਆਦਮੀਆਂ ਵਰਗੇ ਸੀਗੇ ਉਹਨਾਂ ਦਾ ਸੁਭਾਅ। ਅਤੇ ਅਸੀਂ 3 ਭੈਣ ਭਰਾ ਸੀ, ਸਾਰਿਆਂ ਤੋਂ ਵੱਡੀ ਮੈਂ, ਮੇਥੋਂ ਛੋਟਾ ਮੇਰਾ ਬਰਾਦਰ, ਉਦੋਂ ਛੋਟੀ ਸਾਲਕ ਦੀ ਮੇਰੀ ਛੋਟੀ ਭੈਣ ਸੀਗੀ, ਅਤੇ ਜਦੋਂ ਸਾਨੂੰ ਸਾਡੇ ਪਿਤਾ ਜੀ ਵਿਛੋੜਾ ਦੇ ਗਏ, ਮੇਰੀ ਮਾਂ ਨੇ ਮੱਝਾਂ ਰੱਖ ਰੱਖ ਕੇ ਗੁਜ਼ਾਰਾ ਕਰ ਕਰਕੇ ਸਾਨੂੰ 3 ਭੈਣ ਭਰਾਵਾਂ ਨੂੰ ਪੜ੍ਹਾਇਆ, ਪਾਲਿਆ, ਪਾਲਣ ਪੋਸ਼ਣ ਕੀਤਾ। ਇਹ ਮੈਂ ਬਹੁਤਾ ਨਹੀਂ ਪੜ੍ਹ ਸਕੀ, ਮੈਂ 10 ਜਮਾਤਾਂ ਕਰੀਆਂ, ਉਸ ਤੋਂ ਬਾਅਦ ਘਰ ਦੇ ਹਾਲਾਤ ਦੇਖ ਕੇ ਮੈਨੂੰ ਨੌਕਰੀ ਮਿਲ ਗਈ ਅਤੇ ਮੈਂ ਨੌਕਰੀ ਕਰਨ ਲੱਗ ਗਈ। ਮੇਰੇ ਤੋਂ ਛੋਟਾ ਮੇਰਾ ਭਰਾ ਸੀ 8 ਸਾਲ, ਉਹਦਾ ਐਕਸੀਡੈਂਟ ਹੋ ਗਿਆ ਟਰੈਕਟਰ ਨਾਲ, ਉਹਦਾ ਟਰੈਕਟਰ ਨੂੰ ਅੱਗ ਲਾ ਕੇ ਉਹਦਾ ਐਕਸੀਡੈਂਟ ਹੋਇਆ, ਉਹਦੀ ਡੈਥ ਹੋ ਗਈ ਸੀ। ਛੋਟੀ ਭੈਣ ਵੀ ਮੇਰੀ ਪਿੱਛੇ ਜੇ 8-10 ਸਾਲ ਹੋ ਗਏ, ਉਹ ਵੀ ਚਲੀ ਗਈ। ਮੈਂ ਇਕੱਲੀ ਉਸ ਪਰਿਵਾਰ ਦੀ ਮੈਂਬਰ ਰਹਿ ਗਈ, ਅਤੇ ਮੇਰੇ ਮਾਦਰ ਵੀ 2004 'ਚ ਸਾਨੂੰ ਵਿਛੋੜਾ ਦੇ ਗਏ। ਭਾਵੇਂ ਮੇਰੇ ਮਾਂ ਆਪਦੇ ਪੇਕੇ ਘਰ ਰਹਿ ਰਹੀ ਹਾਂ, ਮੇਰੇ ਮਾਦਰ ਦੇ ਜਾਣ ਤੋਂ ਬਾਅਦ ਇੱਕ ਵਾਰੀ ਮੇਰੇ ਦਿਲ ਜੇ ਨੂੰ ਹਨੇਰਾ ਜਿਹਾ ਜ਼ਰੂਰ ਪਹੁੰਚਿਆ,
ਵੀ ਮੈਨੂੰ ਸਾਰੇ ਛੱਡ ਕੇ ਚਲੇ ਗਏ, ਮੈਂ ਰਹਿ ਗਈ ਇੰਨੇ ਇੰਨੇ ਦੁੱਖਾਂ ਤਕਲੀਫਾਂ, ਇੰਨੀਆਂ ਘੋਲਾਂ ਕਰੀਆਂ, ਤੇ ਸਰਕਾਰ ਨੇ ਕਿਸੇ ਨੇ ਸਾਡੀ ਐਵੇਂ ਨੀ ਪੁੱਛਿਆ ਵੀ ਤੁਸੀਂ ਕਿੱਥੋਂ ਕਿੱਥੋਂ ਨਾ। ਸਿਰਫ ਬਾਬੂ ਬਿਰਸ਼ਪਾਨ, ਜਿੰਨਾ ਚਿਰ ਉਹ ਰਹੇ ਬਾਬੂ ਬਿਰਸ਼ਪਾਨ ਪੈਪਸ ਦੇ ਮੁੱਖ ਮੰਤਰੀ ਬਣੇ, ਪਹਿਲਾਂ ਵਕੀਲ ਵੀ ਸੀ, ਉਦੋਂ ਵੀ ਉਹਨਾਂ ਨੇ ਸਾਡੀ ਜਿਹੜੀ ਸੇਵਾ ਮਦਦ ਕਰਤੀ ਜਾਂ ਸਾਡੀ ਸੇਵਾ ਕਰਦੇ ਰਹੇ, ਉਹ ਠੀਕ ਹੈ। ਉਦੋਂ ਬਾਅਦ ਕਾਂਗਰਸ ਦੀ ਸਰਕਾਰ ਰਹੀ, ਅਕਾਲੀਆਂ ਸਰਕਾਰ ਰਹੀ, ਨੌ ਲੈਂਦੇ ਰਹੇ ਨੇ, ਨੌ ਲੈ ਕੇ ਤੁਰੇ ਫਿਰਦੇ ਨੇ, ਲੋਕਾਂ ਤੋਂ ਸਿਆਸਤ ਕਰਕੇ ਵੋਟਾਂ ਲੈਂਦੇ ਨੇ, ਪਰ ਇਹਨਾਂ ਨੇ ਪਰ ਜੰਮਲੀ ਦਾ ਕੁਛ ਨਹੀਂ ਕੀਤਾ। ਹੁਣ ਸਾਨੂੰ ਦੁੱਖ ਦੀ ਗੱਲ ਹੈ ਵੀ ਕਰਤਾਰਪੁਰ ਸਾਹਿਬ ਕਿੱਡੀ ਵੱਡੀ ਇਹਨਾਂ ਨੇ ਯਾਦਗਾਰੀ ਬਣਾਈ ਹੈ ਬਿਲਡਿੰਗ, ਉਹਦੇ ਵਿੱਚ ਵੀ ਕਿਸੇ ਪਰ ਜੰਮਲੀ ਦਾ ਨਾਮ ਨਹੀਂ ਲਿਖਾਇਆ, ਕਿਸੇ ਦਾ ਨਹੀਂ ਲਿਖਿਆ। ਵੀ ਜਿਹੜੇ ਮੂਹਰਲੀਆਂ ਕਤਾਰਾਂ 'ਚ ਕੰਮ ਕਰਨ ਵਾਲੇ ਪਰ ਜੰਮਲੀ, ਸਰਦਾਰ ਸੇਵਾ ਸਿੰਘ ਠਿੰਕਰੀ ਵਾਲੇ ਹੋਏ, ਮੇਰੇ ਫਾਦਰ ਹੋਏ, ਬਾਬਾ ਹੀਰਾ ਸਿੰਘ ਭੱਠਵਾ ਇਹੋ ਜਿਹੇ ਹੋਏ, ਉਹਨਾਂ ਦਾ ਕਿਸੇ ਦਾ ਨਾਮ ਨਹੀਂ ਦਿੱਤਾ। ਉਹ ਪਿਛਲੀਆਂ ਕੁਰਬਾਨੀਆਂ ਕਰਨ ਵਾਲੇ ਬੰਦਿਆਂ ਨੂੰ ਭੁੱਲ ਗਏ, ਕਿਉਂਕਿ ਇਹਨਾਂ ਨੂੰ ਪਤਾ ਨਹੀਂ ਆਪਦੇ ਹੀ ਦਿਮਾਗ 'ਚ ਹੋ ਗਿਆ। ਸਿਰਫ ਗੱਲ ਇਹ ਹੋਊਗੀ, ਕਾਰਨ ਇਹ, ਮੈਂ ਜਦੋਂ ਸੋਚਦੀ ਹਾਂ, ਬੱਚੇ ਮੈਨੂੰ ਕਈ ਵਾਰੀ ਕਹਿੰਦੇ ਨੇ ਵੀ ਮੰਮੀ ਇੰਨੇ ਇੰਨੇ ਕੁਰਬਾਨੀਆਂ ਕਰੀਆਂ, ਗੋਰੇ ਕੱਢੇ, ਕਾਲੇ ਲਿਆਂਦੇ, ਕਾਲਿਆਂ ਨੇ ਕੀ ਸਮਾਰੇ, ਕਾਲੇ ਤੋਂ ਉਦੋਂ ਵੀ ਆਪਾਂ ਨੂੰ ਔਖਾ ਕਰਦੇ ਨੇ। ਗੋਰਿਆਂ ਦਾ ਕੋਈ ਕਾਨੂੰਨ ਤਾਂ ਹੈਗਾ ਸੀ, ਕੋਈ ਦੀਨ ਮਾਨ ਸੀ, ਕੋਈ ਕਾਨੂੰਨ ਸੀ। ਇਹਨਾਂ ਦਾ ਤਾਂ ਖਸਮਾਂ ਨੂੰ ਖਾਣ ਦਾ ਕੋਈ ਕਾਨੂੰਨ ਨਹੀਂ, ਦੀਨ ਨੇ ਮਾਨ ਨਹੀਂ, ਕਿਸੇ ਨੂੰ ਪੁੱਛਦੇ ਨਹੀਂ, ਕੋਈ ਐਵੇਂ ਨਹੀਂ ਦੇਖਦਾ ਵੀ ਦੇਸ਼ ਭਗਤ ਦਾ ਘਰ ਹੈ, ਪਰਿਵਾਰ ਨੂੰ ਕੁਛ ਦੇਈਏ ਜਾਂ ਕੋਈ ਸਹੂਲਤ ਦੇਈਏ, ਕਿਸੇ ਬੱਚੇ ਨੂੰ ਨੌਕਰੀ ਦੇਈਏ, ਕਿਸੇ ਨੂੰ ਪੈਨਸ਼ਨਾਂ ਦੇਈਏ, ਨਹੀਂ ਯਾਦਗਾਰ। ਹੁਣ ਇਹ ਕਿਤੇ ਵੀ ਯਾਦਗਾਰਾਂ ਬਣਾਈ ਜਾਂਦੇ ਨੇ, ਕੁਛ ਕਰਦੇ ਨੇ, ਇਹ ਸਾਰੇ ਸਾਡੀ ਪਿਛਲੀ ਕੁਰਬਾਨੀ ਨੂੰ ਭੁੱਲ ਕੇ। ਮਨ ਨੂੰ ਦੁੱਖ ਬਹੁਤ ਆਉਂਦਾ ਹੈ, ਇੰਨਾ ਦੁੱਖ ਆਉਂਦਾ ਵੀ ਕਿਉਂ ਬਜ਼ੁਰਗਾਂ ਨੇ ਇੰਨੇ ਇੰਨੇ ਤਕਲੀਫਾਂ ਝੱਲੀਆਂ, ਲੋਕਾਂ ਖਾਤਰ ਲੜਾਈਆਂ ਲੜੀਆਂ, ਤਕਲੀਫਾਂ ਝੱਲੀਆਂ, ਘਰ ਜ਼ਮੀਨ ਜ਼ਬਤ ਕਰਾਏ, ਬਾਹਰ ਸੜਕਾਂ 'ਤੇ ਰੁਲਦੇ ਰਹੇ, ਅਤੇ ਪਰ ਖੱਟਿਆ ਉਹਦੇ 'ਚੋਂ ਕੀ? ਅੱਜ ਕੁ ਸਰਕਾਰ ਯਾਦ ਵੀ ਨਹੀਂ ਕਰਦੀ ਵੀ ਉਹ ਲੋਕ ਇੱਧਰ ਗਏ ਜਿਹੜੇ ਸਾਨੂੰ ਐਡੀ ਐਡੀ ਆਜ਼ਾਦੀ ਦੇ ਕੇ ਗਏ ਨੇ। ਮੇਰੇ ਮਾਦਰ ਦੱਸਦੇ ਹੁੰਦੇ ਵੀ ਜਦੋਂ ਜਲ੍ਹਿਆਂ ਵਾਲੇ ਬਾਗ 'ਚ ਗੋਲੀ ਚੱਲੀ, ਭਗਤ ਆਪਣੇ ਸ਼ਹੀਦ ਊਧਮ ਸਿੰਘ ਸੁਨਾਮ, ਮੇਰੇ ਸੁਨਾਮ ਵਾਲਾ ਸ਼ਹੀਦ ਊਧਮ ਸਿੰਘ ਮੇਰੇ ਪਿਤਾ ਜੀ ਕੋਲ ਅੰਮ੍ਰਿਤਸਰ ਆਇਆ, ਇੱਕ ਆਸ਼ੀਰਵਾਦ ਲੈ ਗਿਆ ਵੀ ਬਾਪੀ ਮੈਨੂੰ ਆਸ਼ੀਰਵਾਦ ਦਿਓ, ਮੈਂ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੈ ਕੇ ਆਵਾਂ। ਭਗਤ ਸਿੰਘ ਵੀ ਉੱਥੇ ਜਾਂਦਾ ਰਿਹਾ, ਕਰਤਾਰ ਸਿੰਘ ਸਰਾਭੇ ਨੂੰ ਮਿਲਦੇ ਰਹੇ ਜੀ, ਸਾਰੇ ਉਹਨਾਂ ਨੂੰ ਗਾਦਰੀ ਬਾਬਿਆਂ ਨੂੰ ਜਾ ਜਾ ਮਿਲਦੇ ਰਹੇ, ਪਰ ਅੱਜ ਉਹਨਾਂ ਦੇ ਤਾਂ ਜੇ ਫਿਰ ਵੀ ਨਾਂ ਲਏ ਜਾਂਦੇ ਨੇ, ਇਹਨਾਂ ਲੋਕਾਂ ਦੇ ਨਾਂ ਨਹੀਂ ਲਏ ਜਾਂਦੇ। ਅਸੀਂ 29 ਰਹਿ ਗਏ ਫਰੀਡਮ ਫਾਈਟਰ, ਜਿਹੜੇ ਜੂਨੇ ਫਰੀਡਮ ਫਾਈਟਰ ਆ, 29 ਰਹਿ ਗਏ, ਪਰ ਸਾਨੂੰ 29 ਨੂੰ ਵੀ ਪੰਜਾਬ ਸਰਕਾਰ ਪੁੱਛਦੀ ਸਾਡੇ ਉੱਤਰ, ਕਹਿੰਦੇ ਨੇ ਵੀ ਤੁਹਾਡੇ ਪੁੱਤ ਪੋਤੇ ਦੋਹਤੇ ਦੋਹਤੀਆਂ ਨੂੰ ਸਾਰਿਆਂ ਨੂੰ ਸਹੂਲਤਾਂ ਦੇਵਾਂਗੇ, ਉਹਨਾਂ ਨੂੰ ਤਾਂ ਕੀ ਦੇਣਾ, ਸਾਨੂੰ 29 ਨਹੀਂ ਪੁੱਛਿਆ ਜਾਂਦਾ। ਕਈ ਤਾਂ ਇਹੋ ਜਿਹੇ ਨੇ ਪੰਜਾਬ ਦੇ ਵਿੱਚ 90-100 ਸਾਲ ਦੇ ਬਜ਼ੁਰਗ ਮੰਜੇ ਦੇ ਪਏ ਚੀਕ ਰਹੇ ਨੇ, ਇੱਕ ਲੋਈ ਡੱਬਾ ਲੱਡੂਆਂ ਦਾ ਦੇ ਕੇ ਸਨਮਾਨ ਕੀਤਾ ਜਾਂਦਾ। ਲੋਈ 50 ਰੁਪਈਆਂ ਦੀ ਆਉਂਦੀ, ਉਹ ਵੀ ਕਿਹੜਾ ਇਹ ਦੁਕਾਨਦਾਰਾਂ ਤੋਂ ਲੈ ਕੇ ਸਾਨੂੰ ਸਰੂਪ ਦੇ ਦਿੰਦੇ ਨੇ ਵੀ ਆਹ ਲਓ ਜੀ ਤੁਹਾਡਾ ਸਨਮਾਨ ਹੈ। ਪਰ ਮੈਂ ਇਹਨਾਂ ਨੂੰ ਕਿਹਾ ਵੀ ਸੀ ਵੀ ਜਿਹੜੇ ਮੰਜੇ 'ਤੇ ਪਏ ਨੇ, ਤੁਹਾਡਾ ਫਰਜ਼ ਉਹਨਾਂ ਨੂੰ ਬਣਦਾ, ਉਹਨਾਂ ਦੇ ਘਰੇ ਜਾ ਕੇ ਲੋਈ 'ਤੇ ਡੱਬਾ ਲੱਡੂਆਂ ਦਾ ਉਹਨਾਂ ਨੂੰ ਦੇ ਕੇ, ਉਹਨਾਂ ਨੂੰ ਐਂ ਤਾਂ ਹੋ ਜੀ ਵੀ ਸਾਡਾ ਸਨਮਾਨ ਕਰਨ ਆਏ ਨੇ, ਅਸੀਂ ਤਾਂ ਫਿਰ ਵੀ ਚਲੋ ਤੁਰੇ ਫਿਰਦੇ ਤੁਹਾਡੇ ਨਾਲ, ਆਪਦੀਆਂ ਲੜਾਈਆਂ ਕਰਦੇ ਆਪਦੀ ਪਾਰਟੀ ਖਾਤਰ। ਮੈਂ ਜਿੱਥੇ ਮੇਰੇ ਫਾਦਰ ਛੱਡ ਕੇ ਗਏ ਸੀ, ਜਿਹੜੇ ਝੰਡੇ ਥੱਲੇ ਉਹ ਛੱਡ ਕੇ ਗਏ ਸੀ, ਲੋਕਾਂ ਦੀ ਗਰੀਬਾਂ ਦੀ ਮਦਦ ਕਰਨ ਖਾਤਰ ਛੱਡ ਕੇ ਗਏ ਸੀ, ਮੈਂ ਉਸੇ ਲਾਈਨ 'ਤੇ ਚੱਲੀ ਆਈਆਂ। ਮੈਨੂੰ ਬਥੇਰਾ ਪਾਰਟੀਆਂ ਨੇ ਹਾੜੇ ਕੱਢੇ ਵੀ ਕਾਂਗਰਸ 'ਚ ਆ ਜਾ, ਕੋਈ ਕਹਿੰਦਾ ਅਕਾਲੀ 'ਚ, ਮੈਂ ਕਿਤੇ ਨਹੀਂ ਆਉਣਾ, ਮੈਂ ਤਾਂ ਉਹਨਾਂ ਦੇ ਦੇਸ਼ ਭਗਤਾਂ ਦੀ ਲਹਿਰ 'ਤੇ ਉਹਨਾਂ ਦੇ ਪਾਏ ਪੂਰਨੇ 'ਤੇ ਉਹਨਾਂ ਦੇ ਮਗਰ ਚੱਲੂੰਗੀ। ਜਿੰਨਾ ਚਿਰ ਮੇਰੀ ਜ਼ਿੰਦਗੀ ਹੈ, ਮੇਰੀ ਜਾਨ ਹੈ, ਮੈਂ ਲੋਕਾਂ ਦੇ ਹੱਕਾਂ ਦੀ ਖਾਤਰ ਲੜਦੀ ਰਹੂੰਗੀ। ਬੀ ਜੀ, ਜਿਹੜਾ ਇਸ ਵੇਲੇ ਤੁਹਾਡੀ ਅੱਜ ਮੀਟਿੰਗ ਹੋਈ ਹੈ, ਜਿਹੜਾ ਤੁਸੀਂ ਅੱਜ ਮਤਾ ਪਾਇਆ ਹੈਗਾ ਕਿ ਤੁਸੀਂ ਅੰਗਰੇਜ਼ਾਂ ਨੂੰ ਬੁਲਾਵਾ ਦਓਗੇ ਕਿ ਦੇਸ਼ ਨੂੰ ਦੁਬਾਰਾ ਸਾਂਭੋ, ਉਹ ਕੀ ਹੈਗਾ, ਸਾਨੂੰ ਉਹਦੇ ਬਾਰੇ ਥੋੜੀ ਚਰਚਾ ਕਰੋ। ਉਹ ਇਹ ਹੈਗਾ ਵੀ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਹਾਂ ਵੀ ਇਹ ਤਾਂ ਸਾਡੀ ਗੱਲ ਵੀ ਨਹੀਂ ਸੁਣਦੇ, ਬੱਚੇ ਵੀ ਸਾਡੇ ਕਹੇ ਜਾਂਦੇ ਵੀ ਅਸੀਂ ਉਹ ਲੋਕ ਕੱਢੇ, ਠੀਕ ਹੈ, ਇਹ ਜਿਹੜੇ ਕਾਲੇ ਕੱਢ ਕੇ ਗੋਰੇ ਬਿਠਾਏ ਨੇ, ਗੋਰਿਆਂ ਨੂੰ ਤਾਂ ਜਮੀ ਨਹੀਂ ਪਰਵਾਹ ਮੰਨੀ, ਕਾਲਿਆਂ ਨੇ ਜਮੀ ਨਹੀਂ ਪਰਵਾਹ ਮੰਨੀ, ਜੇ ਗੋਰੇ ਕੱਢੇ ਆ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਸਾਡੇ ਜ਼ਮੀਨਾਂ ਜ਼ਮੀਨਾਂ ਸਾਰਾ ਕੁਛ ਇਹਨਾਂ ਨੇ ਫੇਰ ਦੌਲਾ ਤਾ ਮੋਦੀ ਨੇ, ਕਿੰਨੇ ਕੁ 1.25 ਸਾਲ ਹੋ ਗਿਆ ਕਿਸਾਨੀ ਮੋਰਚੇ ਨੂੰ ਦਿੱਲੀ ਦੇ ਬਾਰਡਰਾਂ 'ਤੇ ਬੈਠਿਆਂ ਨੂੰ, ਮੈਂ ਵੀ ਵਿੱਚ ਕਈ ਵਾਰੀ ਜਾਂਦੀ ਹਾਂ, ਮੈਂ ਉਹਨਾਂ ਦੀ ਮੈਂਬਰ ਹਾਂ, ਅਤੇ ਦਿੱਲੀ ਦੇ ਬਾਰਡਰ 'ਤੇ ਬੈਠਿਆਂ ਕੋਈ ਨਹੀਂ ਪੁੱਛਦਾ ਕਿਸੇ ਨੂੰ ਕੀ ਕੁਛ ਸਾਡੇ ਕਿਸਾਨਾਂ ਨਾਲ ਹੋ ਰਿਹਾ, ਫਸਲ ਦੇ ਭਾਅ ਨਹੀਂ ਮਿਲਦੇ, ਬੁਰਾ ਹਾਲ ਹੈ, ਮਹਿੰਗਾਈ ਸਿਰੋਂ ਵੱਧ ਹੋ ਰਹੀ ਹੈ, ਬੱਚੇ ਦਾ ਵਿਆਹ ਕਰਨ ਤੋਂ ਸਾਰੇ ਲੋਕ ਬੈਠੇ ਨੇ, ਫਿਰ ਇਹ ਸਾਰੇ ਸੋਚ ਲੈਂਦੇ ਨੇ ਵੀ ਜੇ ਇਹਨਾਂ ਨੇ ਸਾਡੇ ਨਾਲ ਇਹੀ ਕੁਛ ਕਰਨਾ ਤਾਂ ਕੁਰਸੀਆਂ 'ਤੇ ਬੈਠੇ ਨੇ, ਸਾਡੀ ਯਾਦ ਨਹੀਂ ਪੁੱਛਦੇ ਵੀ ਅਸੀਂ ਉਹਨਾਂ ਨੂੰ ਸੁਨੇਹਾ ਦੇ ਗਏ ਕਿ ਉਹਨਾਂ ਮੁੜ ਕੇ ਜੇ ਉਹਨਾਂ ਦੇ ਵਿੱਚ ਜਾ ਕੇ ਕਹੀਏ, ਪਰ ਜਦੋਂ ਸਾਡੇ ਬੱਚੇ ਉੱਥੇ ਜਾ ਰਹੇ ਨੇ, ਸਾਰੇ ਬੱਚੇ ਕੁੜੀਆਂ ਮੁੰਡੇ ਪੜ੍ਹ ਪੜ੍ਹ ਕੇ ਬਾਹਰ ਤੁਰੇ ਜਾਂਦੇ ਨੇ, ਪੰਜਾਬ ਤਾਂ ਖਾਲੀ ਹੋ ਰਿਹਾ ਹੈਗਾ। ਇਹਦਾ ਕਾਰਨ ਇਹ ਹੈ ਵੀ ਜੇ ਬੱਚਿਆਂ ਨੌਕਰੀਆਂ ਦੇਣ, ਪੜ੍ਹਾਈ ਮੁਤਾਬਕ ਦੇਣ, ਤਾਂ ਕਿਉਂ ਬੱਚੇ ਬਾਹਰ ਜਾਣ? ਅਸੀਂ ਮੁੜ ਕੇ ਉਹਨਾਂ ਦੇ ਗੁਲਾਮ ਬਣ ਕੇ ਜਿਹਨਾਂ ਨੂੰ ਅਸੀਂ ਕੱਢਿਆ ਤੇ ਉੱਥੇ ਜਾ ਕੇ ਸਾਡੇ ਬੱਚੇ ਫਿਰ ਜੂਠੇ ਭਾਂਡੇ ਮਾਂਜਦੇ। ਇਹ ਤਕਲੀਫ ਹੈ ਮਨ ਨੂੰ, ਦੁੱਖ। ਤੁਸੀਂ ਦੱਸ ਰਹੇ ਹੋ, ਮੈਂ ਤੁਹਾਨੂੰ ਵਿੱਚ ਰੋਕ ਰਿਹਾ, ਤੁਸੀਂ ਹੀਰਾ ਸਿੰਘ ਭੱਠਲ ਜੀ ਦਾ ਨਾਮ ਲਿਆ ਸੀ, ਉਹਨਾਂ ਦੀ ਵੀ ਮਤਲਬ ਕੋਈ ਕੁਰਬਾਨੀ ਘੱਟ ਨਹੀਂ ਹੈਗੀ,
ਪਰ ਉਹਨਾਂ ਦੀ ਬੇਟੀ ਤਾਂ ਪੰਜਾਬ ਦੀ ਮੁੱਖ ਮੰਤਰੀ ਰਹੇ ਨੇ ਬੀਬੀ ਰਜਿੰਦਰ ਕੌਰ ਭੱਠਲ, ਫਿਰ ਉਪ ਮੁੱਖ ਮੰਤਰੀ ਰਹੇ ਨੇ, ਕਿ ਉਹਨਾਂ ਨੇ ਕਦੇ ਤੁਹਾਡੇ ਪਰਿਵਾਰ ਦੀ ਸਾਰ ਲੈਣ ਦੀ ਕੋਸ਼ਿਸ਼ ਕੀਤੀ? ਉਹ ਤਾਂ ਤੁਹਾਡੇ ਹਮ ਉਮਰੀ ਹੋਣਗੇ ਜਾਂ ਤੁਹਾਡੇ ਤੋਂ ਛੋਟੇ ਹੋਣਗੇ, ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ। ਹਾਂਜੀ, ਉਹ ਮੇਰੇ ਨਾਲ 12 ਸਾਲ ਛੋਟੀ ਹੈ ਭੈਣ ਮੇਰੀ, ਹਰਜਿੰਦਰ ਕੌਰ ਭੱਠਲ। ਅਸੀਂ ਦੋਨਾਂ ਭੈਣਾਂ ਨੇ ਇਲੈਕਸ਼ਨ ਵੀ ਲੜੀ ਧਨੌਲਾ ਸੀਟ ਤੋਂ। ਮੈਂ ਕਾਮਰੇਡਾਂ ਵੱਲੋਂ ਪਾਰਟੀ ਵੱਲੋਂ ਖੜੀ ਹੋਈ ਸੀ, ਵੀ ਮਤਲਬ ਉਹ ਕਾਂਗਰਸ ਵੱਲੋਂ ਖੜੀ ਹੋਈ ਸੀ। ਉਹ 651 ਵੋਟਾਂ 'ਤੇ ਜਿੱਤ ਗਈ ਅਤੇ ਮੈਂ ਚਲੋ ਟੀਚਰ ਲੱਗੀ ਸੀ ਮੈਂ ਪਹਿਲ, ਪਰ ਭੈਣ ਨੇ ਜਿੱਤ ਕੇ ਉਹਨੇ ਮੈਨੂੰ ਆਪਣੀ ਵੱਡੀ ਭੈਣ ਸਮਝਦੇ ਹੋਏ, ਉਹਨਾਂ ਦੀ ਮਾਦਰ ਬਹੁਤ ਪਿਆਰ ਕਰਦੇ ਸੀ। ਉਹਨਾਂ ਦੀ ਮਾਦਰ ਨੇ ਕਦੇ ਇਹ ਨਹੀਂ ਸੀ ਕਿਹਾ ਵੀ ਮੇਰੇ 3 ਕੁੜੀਆਂ ਨੇ, ਉਹ ਹਮੇਸ਼ਾ 4 ਕਹਿੰਦੇ ਹੁੰਦੇ ਸੀ ਕਿਉਂਕਿ ਮੈਂ ਵੱਡੀ ਸੀ। ਜਦੋਂ ਮੇਰੀ ਮਾਦਰ ਕਾਨਫਰੰਸਾਂ 'ਚ ਬਾਹਰ ਜਾਂਦੇ, ਪਿੰਡਾਂ 'ਚ ਕਾਨਫਰੰਸਾਂ 'ਤੇ ਮੀਟਿੰਗਾਂ ਅਟੈਂਡ ਕਰਦੇ ਤਾਂ ਮੇਰੀ ਮਾਦਰ ਆਪ ਚਲੀ ਜਾਂਦੇ, ਉਹ ਮੇਰਾ ਪਾਲਣ ਪੋਸ਼ਣ ਉਹ ਆਪ ਹੀ ਕਰਦੇ ਅਤੇ ਪੂਰੇ ਪਿਆਰ ਨਾਲ ਮੈਨੂੰ ਰੱਖਦੇ ਉਹਨਾਂ ਦੇ ਆਉਂਦਿਆਂ ਤੱਕ। ਅਤੇ ਉਹਨਾਂ ਨੇ ਜਦੋਂ ਮੇਰੇ 1-2 ਪਹਿਲਾਂ ਮੇਰੇ ਮੈਥੋਂ ਵੱਡੇ ਮੇਰੇ ਭਰਾਵਾਂ ਦੀ ਡੈਥ ਹੋ ਗਈ, ਫਿਰ ਬੇਬੇ ਹਰਨਾਮ ਕੌਰ ਨੇ ਦਰਬਾਰ ਸਾਹਿਬ ਜਾ ਕੇ ਸੁੱਖ ਸੁੱਖੀ ਵੀ ਹੇ ਬਾਦਸ਼ਾਹ ਜੇ ਲੌਂਗੋਵਾਲ ਦੇ ਨਾਮ ਰਹੇ ਜੇ ਹੋਰ ਨਹੀਂ ਤਾਂ ਇਹਨੂੰ ਇੱਕ ਕੁੜੀ ਦੇ ਦੇ, ਚੱਲ ਅਸੀਂ ਮੁੰਡਾ ਵੀ ਨਹੀਂ ਮੰਗਦੇ। ਉਹਨਾਂ ਦੇ ਸੁੱਖਾਂ ਸੁੱਖਾਂ ਨਾਲ ਮੈਂ ਹੋਈ ਮਾਂ ਨੇ ਮੈਨੂੰ ਕਦੇ ਇੰਝ ਨਹੀਂ ਸਮਝਿਆ ਵੀ ਮੇਰੀ ਇਹ ਰਜਿੰਦਰ ਹੈ ਕਿ ਜਾਂ ਉਹ। ਸਾਰਿਆਂ ਤੋਂ ਪਹਿਲਾਂ ਕਹਿੰਦੀ ਮੇਰੀ ਵੱਡੀ ਕੁੜੀ ਸੁਮਿੰਦਰ ਹੈ, ਅਤੇ ਭੈਣ ਜੀ ਨੇ ਵੀ ਕਹਿ ਕੇ ਮਰੀ ਵੀ ਜੇ ਕਿਤੇ ਕੋਈ ਤੂੰ ਭਾਵੇਂ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਬਣ ਜੇ ਪਰ ਸੁਮਿੰਦਰ ਨੂੰ ਨਹੀਂ ਭੁੱਲਣਾ, ਇਹ ਤੇਰੀ ਛੋਟੀ ਭੈਣ ਹੈ, ਤੂੰ ਵੀ ਤੂੰ ਵੱਡੀ ਹੈ, ਇਹਦਾ ਵੱਡੀ ਦਾ ਸਤਿਕਾਰ ਕਰ। ਭੈਣ ਜੀ ਦਾ ਜਿੰਨਾ ਕੁ ਬਸ ਹੋਇਆ ਮੈਂ ਕਹੂੰਗੀ ਵੀ ਪਰਿਵਾਰਕ ਤੌਰ 'ਤੇ ਸਮਝ ਲਓ, ਭੈਣ ਹੋਣ ਦੇ ਤੌਰ 'ਤੇ ਜਾਂ ਆਪੋ ਵਿੱਚ ਮੇਰੀ ਮਾਂ ਦਾ ਅਤੇ ਉਹਦਾ ਪਿਆਰ ਸਮਝ ਲਓ ਵੀ ਉਹਨੇ ਮੇਰੇ ਬੱਚਿਆਂ ਨੂੰ ਵੀ ਜਿੰਨੇ ਕੁ ਪੜ੍ਹੇ ਹੋਏ ਸੀ ਉਹਨਾਂ ਨੂੰ ਨੌਕਰੀਆਂ ਵੀ ਲਵਾਈਆਂ ਅਤੇ ਮੇਰੇ ਦੁੱਖ ਸੁੱਖ 'ਚ ਵੀ ਆਉਂਦੇ ਆ। ਜੇ ਕੋਈ ਮੈਨੂੰ ਤਕਲੀਫ ਹੁੰਦੀ ਹੈ ਤਾਂ ਅਸੀਂ ਦੋਨੇ ਭੈਣਾਂ ਬਹਿ ਕੇ ਉਹਨੂੰ ਸਾਂਝ ਵੀ ਕਰ ਲੈਣੀ। ਰਜਿੰਦਰ ਕੌਰ ਨਾਲ ਮੇਰਾ ਬਹੁਤ ਪਿਆਰ ਹੈ, ਪਰ ਜਿੱਥੇ ਮੈਂ ਕਹੂੰ ਫਰੀਡਮ ਫਾਈਟਰ, ਉਹ ਫਰੀਡਮ ਫਾਈਟਰ ਦੀ ਪ੍ਰਧਾਨ ਮੰਤਰੀ ਵੀ ਰਹੀ ਪਰ ਫਰੀਡਮ ਫਾਈਟਰਾਂ ਤੋਂ ਉਹਨੇ ਵੀ ਕੁਛ ਨਹੀਂ ਕੀਤਾ। ਫਰੀਡਮ ਫਾਈਟਰਾਂ ਬਾਰੇ ਉਹ ਨਹੀਂ ਸੋਚਿਆ ਵੀ ਉਹ ਫਰੀਡਮ ਫਾਈਟਰ ਜਿਹੜੇ ਨੇ ਉਹਨਾਂ ਦੇ ਬੱਚਿਆਂ ਨੌਕਰੀਆਂ ਦੇ ਦਾਂ ਜਾਂ ਉਹਨਾਂ ਨੂੰ ਪੈਨਸ਼ਨਾਂ ਦਵਾਂ ਜਾਂ ਫਰੀਡਮ ਫਾਈਟਰ ਦੀ ਕੋਈ ਗੱਲ ਸੁਣਾ ਜਾਂ ਉਹਨਾਂ ਦੇ ਨਾਵਾਂ 'ਤੇ ਸਕੂਲ ਬਣਾਓ। ਉਹ ਰਜਿੰਦਰ ਕੌਰ ਨੇ ਵੀ ਨਹੀਂ ਕੀਤਾ। ਹਰਿੰਦਰ ਖਾਲਸਾ ਜੀ ਕਈ ਵਾਰ ਹੁਣ ਤੁਹਾਡੇ ਸਾਹਮਣੇ ਬੋਲ ਕੇ ਗਏ ਨੇ, ਉਹਨਾਂ ਨੇ ਬਹੁਤ ਵਾਰੀ ਬੀਬੀ ਨੂੰ ਕਿਹਾ, ਹਾਲਾਂਕਿ ਇਹ ਗੁਆਂਢੀ ਨੇ ਆਪੋ 'ਚ, ਉਹ ਲਹਿਰੀ ਵਿਆਹੀ ਹੋਈ ਹੈ ਹਰਿੰਦਰ ਖਾਲਸਾ ਜੀ ਉੱਥੇ ਸੰਗਤ ਪੂਰੇ ਦਿਨ, ਇਹਨਾਂ ਨੇ ਬਹੁਤ ਵਾਰੀ ਕਿਹਾ ਵੀ ਆਪਾਂ ਆਜ਼ਾਦੀ ਕਰਾਟੀਆਂ ਧੀਆਂ ਪੁੱਤਾਂ ਤੁਸੀਂ ਆਓ ਵੀ ਆਓ ਸਾਡੇ ਜਥੇਬੰਦੀ ਨੂੰ ਵਿੱਚ ਆਇਆ ਕਰੋ, ਦੱਸਿਆ ਕਰੋ, ਕੋਈ ਸਾਨੂੰ ਸੁਝਾਅ ਦਿਓ, ਬੋਲੋ ਸਾਡੀ ਜਥੇਬੰਦੀਆਂ ਮੰਗਾਂ ਨੇ। ਅਸੀਂ ਕਿਹੜਾ ਕਿਸੇ ਤੋਂ ਕੁਛ ਮੰਗਦੇ ਹਾਂ, ਅਸੀਂ ਅਗਲੇ ਤੋਂ ਭੀਖ ਨਹੀਂ ਮੰਗਦੇ, ਨਾ ਅਸੀਂ ਭੀਖ ਮੰਗੇ, ਅਸੀਂ ਗਰਦਨ ਨੀਵੇਂ ਨਹੀਂ ਕਰਦੇ। ਸਾਡੇ 'ਚ ਉਹ ਦੇਸ਼ ਭਗਤਾਂ ਦਾ ਖੂਨ ਹੈ ਜਿਹਨਾਂ ਨੇ ਡਟ ਕੇ ਲੜਾਈ ਕੀਤੀ ਹੈ। ਅਸੀਂ ਮਾਣ ਮੰਗਦੇ ਹਾਂ, ਸਨਮਾਨ ਮੰਗਦੇ ਹਾਂ, ਸਮਾਨ ਨਹੀਂ ਲੈਂਦੇ। ਅਸੀਂ ਕਹਿੰਦਾ ਸਾਡਾ ਮਾਣ ਕਰੋ, ਸਾਡਾ ਸਤਿਕਾਰ ਕਰੋ, ਅਸੀਂ ਦੇਸ਼ ਭਗਤ ਪਰਿਵਾਰ ਹਾਂ, ਅਸੀਂ ਇਹਨਾਂ ਦੇ ਲੋਈਆਂ 'ਚ ਇਹਨਾਂ ਦੀਆਂ ਚੀਜ਼ਾਂ ਤੋਂ ਕੀ ਲੈਣਾ? ਘੱਟੋ ਘੱਟ ਸਾਡਾ ਪਿਆਰ ਰੱਖਣ ਆਉਂਦੇ ਨੇ, ਸਾਨੂੰ ਆ ਕੇ ਮਿਲਣ, ਅਤੇ ਵੋਟਾਂ ਵੇਲੇ ਤਾਂ ਭਾਵੇਂ ਕਿਸੇ ਘਰੇ ਭੁੱਲੇ ਚੁੱਕਿਆ ਜਾਣ, ਇਹ ਤਾਂ ਕਿਸੇ ਨੂੰ ਮੂੰਹ ਵੀ ਨਹੀਂ ਦਿਖਾਉਂਦੇ। ਪੁੱਛਣਾ ਤਾਂ ਕੀ ਹੈ, ਅਸੀਂ ਕੁਛ ਨਹੀਂ ਮੰਗਿਆ। ਮਹਾਰਾਜਾ ਪਟਿਆਲਾ ਜਦੋਂ ਮੁੱਖ ਮੰਤਰੀ ਬਣਿਆ ਅਮਰਿੰਦਰ, ਇਹਨੇ ਮੁੱਖ ਮੰਤਰੀ ਬਣਨ ਤੋਂ ਬਣਦੇ ਸਾਰ ਹੀ ਸਾਡੀਆਂ 5 ਮੰਗਾਂ ਕਰਤੀਆਂ ਵੀ ਤੁਹਾਨੂੰ ਆਹ ਦਿਉਂ ਵਾਹ ਦਿਉਂ, ਦਿੱਤਾ ਇੱਕ ਵੀ ਨਹੀਂ। 4.5 ਸਾਲ ਲਾ ਕੇ ਚੱਲਿਆ ਗਿਆ, ਉਹੀ ਮੰਗਾਂ ਚੰਨੀ ਨੇ ਚੱਕ ਲਈਆਂ। ਚੰਨੀ ਕੋਲ ਹੁਣ ਕਾਲਸਾ ਜੀ ਉਹਦੀ 2-4 ਵਾਰੀ ਜਾਇਆ ਧਰਨੇ ਵੀ, ਤੇ 9 ਤਰੀਕ ਨੂੰ ਫਿਰ ਵੀ ਜਾਣਾ, ਅਤੇ ਚੰਨੀ ਨੇ ਕਸਤੂਮਸ ਨਹੀਂ ਹੋ ਰਿਹਾ। ਐਂ ਵੀ ਤੁਸੀਂ ਦੇਸ਼ ਭਗਤ ਨੂੰ ਮਜ਼ਾਕ ਤਾਂ ਨਾ ਕਰੋ, ਜੇ ਨਹੀਂ ਤੁਸੀਂ ਕੁਛ ਦੇਣਾ ਸੀ ਕਿਹੜਾ ਮੰਗਣ ਗਿਆ ਅਸੀਂ। ਹੁਣ ਸਾਡੀ ਇੱਕ ਗੱਲ ਹੋਰ ਹੋ ਗਈ ਵੀ ਜੇ ਸਾਨੂੰ ਨਹੀਂ ਕੁਛ ਦਿੰਦੇ, ਅਸੀਂ ਇਹਨਾਂ ਨੂੰ ਇਹ ਕਹਿੰਦੇ ਹਾਂ ਵੀ ਤੁਸੀਂ ਐਂ ਕਰੋ, ਜਿਹੜਾ ਤੁਸੀਂ ਕੁਰਸੀਆਂ 'ਤੇ ਬੈਠਣ ਸਾਰ ਕਾਂਗਰਸੀ ਸਰਕਾਰ ਬਣਨ ਸਾਰ ਸਾਡੀਆਂ ਮੰਗਾਂ 'ਤੇ ਉਹ ਤੁਸੀਂ ਕਹੋ ਵੀ ਅਸੀਂ ਭਾਈ ਕਰ ਨਹੀਂ ਸਕੇ, ਦੋਨੇ ਹੱਥ ਖੜੇ ਕਰਕੇ ਵਾਪਸ ਲੈ ਲਓ। ਲੋਕ ਤਾਂ ਇਹ ਸੋਚਣਗੇ ਹੁਣ ਅਖਬਾਰਾਂ 'ਚ ਤੁਹਾਡੇ ਵਰਗੇ ਦੇਖਣਗੇ ਵੀ ਇਹਨਾਂ ਨੂੰ ਇੰਨਾ ਕੁਛ ਦਿੱਤਾ, ਦਿੱਤਾ ਕੁਛ ਹੈ ਨਹੀਂ, ਫਿਰ ਨਾ ਉਹ ਕਾਹਦਾ? ਜੇ ਤੁਸੀਂ ਦਿਓਗੇ ਤਾਂ ਹੀ ਵੀ ਸਾਡੇ ਤੁਸੀਂ ਹੱਥ ਖੜੇ ਕਰੋ ਵੀ ਭਾਈ ਅਸੀਂ ਦੇ ਨਹੀਂ ਸਕੇ, ਬਸ ਸਾਨੂੰ ਤਾਂ ਇਹੀ ਖੁਸ਼ੀ ਹੋਊਗੀ ਤੁਸੀਂ ਆਪਣੇ ਮੰਗਾਂ ਮੰਗ ਕੇ ਦੇ ਨਹੀਂ ਸਕੇ ਵੀ ਵਾਪਸ ਲੈ ਲਈਏ। ਆ ਜਿੱਦਾਂ ਹੁਣ ਸਾਡੀ ਨਹੀਂ। ਬਹੁਤ ਬਹੁਤ ਸ਼ੁਕਰੀਆ ਵੀ ਜੀ, ਤੁਸੀਂ ਸਾਨੂੰ ਸਮਾਂ ਦਿੱਤਾ ਔਰ ਤੁਹਾਡਾ ਆਸ਼ੀਰਵਾਦ ਸਾਨੂੰ ਮਿਲਿਆ, ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਬਹੁਤ, ਤੁਸੀਂ ਆਪਾਂ ਭੈਣ ਭਰਾ ਅੱਜ ਮਿਲੇ, ਤੁਸੀਂ ਮੈਨੂੰ ਬੱਚਿਆਂ ਵਾਂਗੂ, ਤੁਸੀਂ ਮੈਨੂੰ ਪਹਿਲਾਂ ਹੀ ਜਾਣਦੇ ਸੀਗੇ ਗੱਲਬਾਤ ਕਰਨ ਤੋਂ, ਖੁਸ਼ੀ ਹੈ ਇਸ ਗੱਲ ਦੀ। ਮੌਕਾ ਹੋਇਆ ਫੇਰ ਮਿਲਾਂਗੇ, ਹਾਂ ਫੇਰ ਮਿਲਾਂਗੇ। ਅੱਛਾ ਜੀ, ਧੰਨਵਾਦ। ਹਾਂਜੀ, ਮੈਂ ਦਰਸ਼ਨ ਕਰਕੇ ਜਾਊਂਗਾ ਅੱਗੇ। ਇਹ ਸਨ ਸੁਖਵਿੰਦਰ ਜੀ ਸਾਡੇ ਨਾਲ ਪੰਜਾਬ ਨਾਵਾਂ ਦੇ ਉੱਤੇ। ਇਹਨਾਂ ਨੇ ਪੂਰੀ ਮਤਲਬ ਉਹ ਵਿਥਿਆ ਸੁਣਾਈ, ਉਹ ਕਹਾਣੀ ਸੁਣਾਈ ਔਰ ਉਹ ਕੁਰਬਾਨੀਆਂ ਦਾ ਵੇਰਵਾ ਦਿੱਤਾ, ਵੇਰਵਾ ਤਾਂ ਨਹੀਂ ਮੈਂ ਕਹੂੰਗਾ, ਉਹ ਕੁਰਬਾਨੀਆਂ ਦੀ ਚਰਚਾ ਕੀਤੀ ਔਰ ਉਹ ਉਹਨਾਂ ਦੇ ਦਰਸ਼ਨ ਕਰਵਾਏ ਸਾਨੂੰ ਭਗਵੰਤ ਸਿੰਘ ਜੀ ਦੇ, ਉਹ ਫਰੀਡਮ ਫਾਈਟਰਸ ਦੇ, ਜਿਹਨਾਂ ਦੇ ਡੁੱਲੇ ਖੂਨ ਦੇ ਸਦਕਾ ਅਸੀਂ ਅੱਜ ਆਜ਼ਾਦੀ ਮਾਣ ਰਹੇ ਹਾਂ। ਤੋ ਸਾਨੂੰ ਵੀ ਸਰਕਾਰ ਦੇ ਉੱਪਰ ਕੁਛ ਇਸ ਤਰ੍ਹਾਂ ਦਾ ਪ੍ਰੈਸ਼ਰ ਬਣਾਉਣਾ ਚਾਹੀਦਾ ਕਿ ਫਰੀਡਮ ਫਾਈਟਰਸ ਦੇ ਲਈ ਇੱਕ ਸਪੈਸ਼ਲ ਡਿਪਾਰਟਮੈਂਟ ਲੈਵਲ ਦੇ ਉੱਤੇ ਇੱਕ ਵੱਡਾ ਫੰਡ ਹੋਣਾ ਚਾਹੀਦਾ, ਜਿਹਦੇ ਵਿੱਚ ਇਹਨਾਂ ਨੂੰ ਬਣਦੀਆਂ ਸਹੂਲਤਾਂ, ਬਣਦਾ ਮਾਨ ਸਨਮਾਨ ਦੇ ਸਕੀਏ,
क्योंकि सब तो वड्डा जिहड़ा सहारा हुंदा ओह मायक सहारा नहीं हुंदा, ओह मानसिक सहारा हुंदा। जे तुसीं बणदा उहनां नूं बणदा सन्मान ही नहीं दे सके ते मायक सहायता दे के जे तुसीं जो मर्जी कर दो ओह कदे पूरा नहीं कर सकदा। और इहनां दे जख्मां दे उपर मलम लाउण दी जगह ते जख्म उचेड़न वाली गल कर रही ने सरकारां। और वादे चन्नी साहब वधिया के तुसीं हथ खड़े कर दो स्टेज ते खड़ के वी मैं वादे पूरे नहीं कर सकिया, मैं माफी मंगदा, वह ज्यादा वधिया गल हो। वैसे भी लोगों को पता है कि तुहाडे हथ तां खड़े ही ने। हुण जे तुसीं इह वी मन चुके हो कि तुहानूं धारां वी चोणियां आउंदियां ने, तुहानूं मंजे वी बुणने आउंदे ने, तुहानूं हल वी चलाउणा आउंदा, ते फिर तुसीं उह वी दिखा दो ना वी तुहानूं हथ किवें खड़े करने आउंदे ने। असीं इंतजार करांगे उस दिन दा कि जदों सरकारी जो नेता ने वह हथ खड़े कर देण और फ्रीडम फाइटर्स नूं कहण कि तुहाडे परिवारां दीआं कुरबानियां करके इह मुल्क आजाद जरूर होया, पर असीं इस दी आजादी नूं बर्बाद कीता, भ्रिष्टाचार नूं बेलगाम कीता और इस मुल्क दा मलिया मेट कीता, ते क्यों ना अंग्रेजा नूं इह फ्रीडम फाइटर इनवाइट करन, इन्हां दा हक बणदा, क्यों ना सरकारां नूं शर्मसार कीता जावे इह नाम लैके कि अंग्रेजा नूं क्यों ना बुलाया जावे। बहुत बहुत शुक्रिया पंजाब नामा ते आपने वक्त दिता और साडे माता जी मोजे सुखमिंदर कौर जी दे आप भी दर्शन कर सके साडे नाल, बहुत बहुत शुक्रिया।